ਮਿੱਤਰ ਸੈਨਮਿਤ ਦਾ ਨੋਵਲ ਹੈ ਅਗ ਦੇ ਵਿੱਚ ਅੰਗ ਚੌਥਾ ਸਰਦਾਰ ਦੇ ਕਮਰੇ ਚ ਬੈਠੇ ਕਰਤਾਰ ਦੀਆਂ ਨਿਗਾਹਾਂ ਹਲੇ ਵੀ ਘੁੰਮ ਰਹੀਆਂ ਸਨ ਇੱਕ ਖੁੰਝੇ ਬਣੀ ਕਨਸ ਤੇ ਭਗਤ ਸਿੰਘ ਦਾ ਫੈਦ ਫੈਦ ਬੁੱਤ ਪਿਆ ਸੀ ਜਿਸ ਤੇ ਗਰਦ ਜਮਣ ਕਰਕੇ ਪਾਂਦ ਪਾਂਦ ਦੇ ਛਿੰਬ ਪੈ ਗਏ ਸਨ ਉਹਨੂੰ ਲੱਗਿਆ ਸੀ ਜਿਵੇਂ ਬੁੱਤ ਸ਼ੋਭਾ ਨਹੀਂ ਸੀ ਦੇ ਰਿਹਾ ਤੇ ਕੈਦੀਆਂ ਵਾਂਗ ਘੁੱਟਣ ਮਹਿਸੂਸ ਕਰ ਰਿਹਾ ਹੋਵੇ ਇੱਥੇ ਤਾਂ ਰਜਵਾੜੇ ਦੀ ਫੋਟੋ ਚਾਹੀਦੀ ਸੀ ਉਨੇ ਆਪਣੇ ਖਿਆਲ ਦੁੜਾਏ। ਉਹਦੇ ਗਾਂ ਕਰਕੇ ਸਰਦਾਰ ਸਾਹਿਬ ਮੁੱਖ ਮੰਤਰੀ ਨਾਲ ਖੜੇ ਮੁਸਕਰਾ ਰਹੇ ਸਨ। ਇੱਕ ਦੋ ਤਸਵੀਰਾਂ ਉਹਨਾਂ ਦੇ ਤੀਜੇ ਵਿਆਹ ਦੀਆਂ ਲਟਕ ਰਹੀਆਂ ਸਨ। ਚਿੱਤਰ ਨੂੰ ਵੇਖ ਕੇ ਉਹਦੇ ਮਨ 'ਚ ਜੋ ਖਿਆਲ ਉੱਭਰਨ ਲੱਗ ਪਏ ਸਨ, ਉਹਨਾਂ ਤੋਂ ਕਰਤਾਰ ਨੂੰ ਡਰਜਾ ਲੱਗਣ ਲੱਗ ਪਿਆ। ਉਹਨੇ ਉਸ ਤੋਂ ਧਿਆਨ ਉਖੇੜ ਲਿਆ। ਉਹਦੀਆਂ ਨਿਗਾਹਾਂ ਫੇਰ ਸਾਹਮਣੇ ਬੈਠੇ ਸਰਦਾਰ ਤੇ ਜੰਮ ਗਈਆਂ। ਹੁਣ ਤੱਕ ਉਹ ਦੂਜੀ ਬੋਤਲ ਵੀ ਖਾਲੀ ਕਰਕੇ ਢੇਠਾਂ ਰੱਖ ਚੁੱਕਿਆ ਸੀ। ਸ਼ਰਾਬ ਦੀ ਬੋਰ ਨਾਲ ਕਰਤਾਰ ਦਾ ਸਾਹ ਘੁੱਟਣ ਲੱਗਿਆ ਇੱਕ ਮਿੰਟ ਹੋਰ ਬੈਠਣਾ ਉਹਨੂੰ ਮੁਸ਼ਕਿਲ ਹੋ ਗਿਆ ਘੰਟਾ ਲੰਘ ਚੱਲਿਆ ਸੀ ਮੁੜ ਸਰਦਾਰ ਦੇ ਹੋਠ ਨਹੀਂ ਸੀ ਫਰਕੇ ਉਹ ਉਕਤਾ ਗਿਆ ਇਸੇ ਕੱਲੇਪਨ ਤੋਂ ਉਹਦੀ ਇਸ ਹਾਲਤ ਵਿੱਚ ਉਹ ਕੋਈ ਗੱਲ ਵੀ ਨਹੀਂ ਸੀ ਕਰਨਾ ਚਾਹੁੰਦਾ ਉਹਦੇ ਰੰਗ 'ਚ ਭੰਗ ਪਾਉਣ ਦਾ ਵੀ ਉਹਨੂੰ ਦੁੱਖ ਸੀ ਪਰ ਕੀ ਕਰਦਾ ਮਜਬੂਰ ਸੀ ਕਿਉਂ ਬਈ ਕਰਤਾਰ ਨੌਕਰੀ ਨਹੀਂ ਮਿਲੀ ਲੱਗਦੀ ਕੋਈ ਜਿਹੜਾ ਨੀਤੀਵੇਲਾ ਫਿਰਦਾ ਦਿਨ ਹੈ ਸਰਦਾਰ ਦੇ ਸ਼ਬਦ ਸੁਣ ਕੇ ਕਰਤਾਰ ਨੂੰ ਯਕੀਨ ਨਾ ਆਇਆ ਖੁਸ਼ੀ ਨਾਲ ਝੂਮ ਉੱਠਿਆ ਗੱਲ ਚਲਾਉਣ ਦੀ ਜਿਸ ਗੁੰਝਲ ਚੋਂ ਫਸਿਆ ਸੀ ਉਹ ਸਰਦਾਰ ਨੇ ਆਪੇ ਸੁਲਝਾ ਦਿੱਤੀ ਸੀ ਮੌਕਾ ਹੱਥ ਲੱਗਿਆ ਕਰਤਾਰ ਗਵਾਉਣਾ ਠੀਕ ਨਹੀਂ ਸੀ ਸਮਝਦਾ ਹੋਰ ਜੀ ਵਿਹਲੇ ਫਿਰਦੇ ਫਿਰਦੇ ਸਗੋਂ ਅੱਕ ਗਏ ਆ ਪੂਰਾ ਡੇਢ ਸਾਲ ਹੋ ਗਿਆ ਫਿਰਦੇ ਇਹਨੂੰ ਨਿਤ ਇੰਟਰਵਿਊ ਤੇ ਜਾਣਾ ਸਗੋਂ 20-50 ਜੇਬੋਂ ਝਾੜ ਕੇ ਤੁਰਉਣਾ ਮਸਾਂ ਦਿਨ ਰਾਤ ਇੱਕ ਕਰਕੇ ਐਵੇਂ ਕੀਤੀ ਸੀ ਤੁਸੀਂ ਕਿਹੜਾ ਸਾਡੀ ਹਾਲਤ ਨੂੰ ਜਾਣਦੇ ਨਹੀਂ ਦੋ ਕਿੱਲੇ ਜ਼ਮੀਨ ਦੇ ਵੇਚ ਕੇ ਮਸਾਂ ਗੋਣ ਪਾਇਆ ਸੀ ਤੇ ਹੁਣ ਤੇ ਸਭ ਉਹ ਦਿਲ 부ਝ ਗਿਆ ਮੈਂ ਤਾਂ ਕਿਸੇ ਨਿੱਕੇ ਮੂٹے ਦਫਤਰ ਵਿੱਚ ਵੀ ਅੜਕਣ ਨੂੰ ਤਿਆਰ ਆ ਦੋ ਤਿੰਨ ਸੌ ਜੋ ਮਿਲੇ ਪਰ ਨੌਕਰੀ ਵਾਲਾ ਤਾਂ ਜਿਵੇਂ ਘੋੜਾ ਲੈ ਕੇ ਫਿਰ ਗਿਆ ਨਾ ਨਾ ਹੀ ਸੁਣਨ ਨੂੰ ਮਿਲਦੀ ਐ ਇੱਕੋ ਸਾਹੇ ਇੰਨਾ ਕੁ ਜਾ ਕੇ ਕਰਤਾਰ ਨੇ ਸਰਦਾਰ ਦੀਆਂ ਲਾਲ ਸੁਈਆਂ ਅੱਖਾਂ 'ਚ ਤੱਕਿਆ ਉਹਨੇ ਵੇਖਿਆ ਸਰਦਾਰ ਦੋਨੇ ਬਾਹਾਂ ਮੇਜ਼ ਤੇ ਰਖੇ ਧਿਆਨ ਨਾਲ ਉਹਦੀਆਂ ਗੱਲਾਂ ਸੁਣਦੇ ਉਹ ਚੌਕ ਗਿਆ ਇੰਨੀ ਪੀ ਕੇ ਉਹ ਹੁਸ਼ ਹੋ ਵਾਸਟ ਸੀ

ਕੋਈ ਬਹੁਤਾ ਕਰਦਾ ୱੇਟਿੰਗ ਲਿਸਟ ਚ ਨਾ ਛਾੜ ਦਿੰਦਾ ਪਰ ୱੇਟ ਕਰਦੇ ਆ ਹਾਂ ਦਿਨ ਆ ਗਏ ਨੇ ਜਦੋਂ ਕੋਈ ਭੱਜੇ ਤੇ ਕਦ ਮੈਨੂੰ ਨੌਕਰੀ ਮਿਲੇ ਇਹਨਾਂ ਕੁ ਆਖਿਓ ਇੱਕਦਮ ਚੁੱਪ ਕਰ ਗਿਆ ਉਹਨੂੰ ਯਾਦ ਵੀ ਨਹੀਂ ਸੀ ਰਿਹਾ ਕਿ ਨਾ ਵਹਿਣਾ ਚ ਬਹਿ ਕੇ ਉਹ ਕੀ ਕੁਝ ਆਕਿਆ ਇੱਕ ਵੇਰ ਫੇਰ ਉਹਨੇ ਸਰਦਾਰ ਵੱਲ ਤੱਕਿਆ ਉਹਦੀਆਂ ਬੁੱਲੀਆਂ ਤੇ ਮੁਸਕਰਾਟ ਸੀ ਝਾਟੇ ਮੁਸਕਰਾਟ ਕਹਿਕਾ ਬਣ ਕੇ ਸਾਰੇ ਕਮਰੇ ਚ ਗੁੰਜਣ ਲੱਗੀ ਕਮਰਾ ਸ਼ਰਾਬ ਦੀ ਬਦਬੂ ਨਾਲ ਭਰ ਗਿਆ ਉਹਦਾ ਮਨ ਕੀਤਾ ਜੇਬ ਚੋਂ ਰਮਾਲ ਕੱਢ ਕੇ ਨੱਕ ਤੇ ਰੱਖ ਲੈ ਪਰ ਉਹਦੇ ਹੱਥਾਂ 'ਚ ਹਰਕਤ ਨਹੀਂ ਸੀ ਆ ਰਹੀ ਜੁਆਕ ਹੀ ਰਿਹਾ ਨਾ ਨੌਕਰੀਆਂ ਕੋਈ ਨੰਬਰਾਂ ਨਾਲ ਥੋੜਾ ਮਿਲਦੀਆਂ ਅੱਜਕੱਲ ਇਹ ਤਾਂ ਨੋਟਾਂ ਨਾਲ ਮਿਲਦੀਆਂ ਨੇ ਜਿਹਦੇ ਕੋਲ ਜ਼ਿਆਦਾ ਨੇ ਪਹਿਲਾਂ ਜਿਹਦੇ ਕੋਲ ਨਹੀਂ ਫਿਰਦਾ ਰਹੇ ਘੇੜੇ ਦਿੰਦਾ ਇਹ ਪੋਜੀਸ਼ਨ ਆ ਅੱਜਕੱਲ ਦੀ ਫਿਰ ਕਿੰਨਾ ਹੀ ਚਿਰ ਦੋਨਾਂ 'ਚ ਖਾਮੋਸ਼ੀ ਛਾਈ ਰਹੀ ਅੱਜ ਫਿਰ ਚੰਡੀਗੜ੍ਹੋਂ ਇੰਟਰਵਿਊ ਆਈ ਹੈ ਕੁੜੀਆਂ ਦੇ ਕਾਲਜ ਲਈ ਕੱਲ ਹੀ ਜਾਣਾ ਮੈਂ ਆਖਿਆ ਜਿੱਥੇ ਸਰਦਾਰ ਸਾਹਿਬ ਖੜ੍ਹ ਜਾਣ ਕੀ ਮਜਾਲਾ ਨੌਕਰੀ ਖਿਲ ਜਾਈ ਚਲੋ ਇੱਕ ਵਾਰ एहसान ही ਕਰ ਦਿਓ ਮੋਰ ਪਰ ਯਾਦ ਕਰਿਆ ਕਰਾਂਗਾ ਦਿਲ ਪੱਕਾ ਕਰਕੇ ਕਰਤਾਰ ਨੇ ਆਖਰੀ ਗੱਲ ਆਖ ਹੀ ਦਿੱਤੀ ਸਰਦਾਰ ਦੇ ਸ਼ਬਦਾਂ ਚ ਉਹਨੂੰ ਕੁਝ ਤਸੱਲੀ ਤੇ ਸਚਾਈ ਲੱਭੀ ਸੀ ਕੁਝ ਦਿਨ ਸਰਦਾਰ ਸੋਚਦਾ ਰਿਹਾ ਫਿਰ ਬੋਲਿਆ ਸਾਲਾ ਅੱਜ ਕੱਲ ਦਾ ਜ਼ਮਾਨਾ ਕੁੱਤਾ ਜ਼ਮਾਨਾ ਹੈ ਪੈਸੇ ਬਿਨਾਂ ਕੋਈ ਹਰਾਮ ਦਾ ਗੱਲ ਹੀ ਨਹੀਂ ਕਰਦਾ ਸਰਪੰਚ ਦੇ ਮੁੰਡੇ ਦੀ ਤੂੰ ਗੱਲ ਕੀਤੀ ਉਹਨੇ ਮੇਰੇ ਹੱਥੀ 5000 ਖਰਚੇ ਨੇ ਪੂਰੇ 50 ਨੋਟ ਕਿੱਡਾ ਹੀ ਕੋਈ ਭਲਾਮਾਨ ਸੋਏ ਪੰਜ ਚਾਰ ਤੇ ਆਪਣਾ ਹੱਕ ਹੀ ਸਮਝਦਾ ਸੂਜ ਭਰਿਆ ਲੈਕਚਰ ਸਰਦਾਰ ਨੇ ਝਾੜਿਆ ਕਰਤਾਰ ਚੱਕਰਾਜ ਆ ਗਿਆ ਪੰਜ ਚਾਰ ਹਜ਼ਾਰ ਉਸ ਕੋਲ ਤਾਂ ਨੋਟਾਂ ਦੇ ਥੱਬੇ ਨਹੀਂ ਸਨ ਉਹਨੇ ਆਪਣੀ ਅੱਖ ਅੱਗੇ ਛਾਈ ਧੁੰਦ ਚ ਵੇਖਿਆ ਜਿਵੇਂ ਚਾਂਸ ਵੀ ਹੱਥੋਂ ਜਾ ਰਿਹਾ ਹੋਵੇ ਮਸਾਂ ਤਿੰਨ ਮਹੀਨੇ ਬਾਅਦ ਮਿਲਿਆ ਸੀ ਹੋਰ ਉਹ ਤੋਂ ਬੈਠਿਆ ਲੰਘ ਗਿਆ ਇੰਨੇ ਨੋਟ ਉਸ ਕੋਲ ਕਿੱਥੋਂ ਆਏ ਉੱਠ ਖੜਿਆ ਉਹਦੇ ਮੂੰਹ ਤੇ ਸਫੈਦੀ ਫੈਲ ਚੁੱਕੀ ਸੀ ਬੈਠ ਕਾਕਾ ਉੱਠ ਕੇ ਕਿਉਂ ਚੱਲੇ ਆ ਜੇ ਇੱਕ ਵਾਰ ਪੈਸੇ ਖਰਚ ਕੇ ਕੰਮ ਬਣ ਜਾਏ ਤਾਂ ਫਿਰ ਕੀ ਚਾਹੀਦਾ ਹੈ ਪੈਸੇ ਦਾ ਕੀ ਹੈ ਦਿਨਾਂ ਚ ਹੀ ਸਭ ਠੀਕ ਆ ਜਾਂਦਾ ਏਦਾਂ ਨਹੀਂ ਸੋਚੀਦਾ ਸਹਰੇ ਦਾ ਜੇ ਕੰਮਾਂ ਚ ਨਾਲੇ ਹੁਣ ਤਾਂ ਮੈਂ ਵਿੱਚਾਂ ਥੋੜਿਆਂ ਚ ਹੀ ਸਾਰਦੇ ਆਂਗੇ ਆਪਾਂ ਵਿੱਚੋਂ ਕੁਝ ਘਟਣਾ ਥੋੜੇ ਫਿਰ ਤੂੰ ਸਿਆਣਾ ਮਿਨਿਸਟਰੀਆਂ ਦਾ ਕੀ ਪਤਾ ਲੱਗਦਾ ਕਦੋਂ ਪਟਾਕਾ ਪੈ ਜਾਏ ਤੂੰ ਸੋਚ ਲਈ ਪੰਜ ਚਾਰ ਦਾ ਇੰਤਜ਼ਾਮ ਕਰ ਲੈ ਫਿਰ ਮੈਂ ਜਾਣਾ ਤੇ ਮੇਰਾ ਕੰਮ ਚੰਗਾ ਜੀ ਮੈਂ ਸ਼ਾਮ ਤੱਕ ਸੋਚ ਕੇ ਦੱਸਾਂਗਾ ਸੁੱਕੇ ਗਲੇ ਚੋਂ ਮਸਾਂ ਕਰਤਾਰ ਨੇ ਇੰਨੇ ਕ ਸ਼ਬਦ ਕਹੇ ਸੋਚਣਾ ਕੀ ਹੈ ਤੁਰ ਹੀ ਆਈ ਪੈਸੇ ਦਾ ਵੀ ਕੁਝ ਹੈ ਚੱਕ ਚੁੱਕ ਕੇ ਬਾਹਰ ਆਏ ਕਰਤਾਰ ਦੇ ਕੰਨਾਂ 'ਚ ਸਰਦਾਰ ਦੇ ਸ਼ਬਦ ਫੇਰ ਗੂੰਜੇ ਉਹ ਦਬਾ ਦਬ ਹੀਟਾ ਉਤਰ ਗਿਆ ਕਰਤਾਰ ਦਾ ਮੂੰਹ ਲਟਕ ਗਿਆ ਸੀ ਤੌਰ ਸੁਸਤ ਹੋ ਗਈ ਸੀ ਅੱਖਾਂ ਅੱਗੇ ਨੇਰਾ ਛਾ ਗਿਆ ਕੁਝ ਮੇਰਾ ਵੀ ਖਿਆਲ ਰੱਖਿਓ ਜੀ ਚਪੜਾਸੀ ਦੇ ਸ਼ਬਦਾਂ ਨੇ ਉਹਦਾ ਧਿਆਨ ਉਖੇੜਿਆ ਬਿਨਾ ਬੋਲੇ ਉਹ ਤੁਰਦਾ ਬਣਿਆ ਇਹ ਵਿਸਕੀਆਂ ਇਹ ਸ਼ਰਾਬਾਂ ਤੀਸਰੇ ਤਿਸੋਰੇ ਵਿਆ ਤੇ ਆਲੀਸ਼ਾਨ ਕੁਠੀਆਂ ਕੋਈ ਐਵੇਂ ਤਾਂ ਨਹੀਂ ਬਣ ਜਾਂਦੀਆਂ ਸਾਡੇ ਖੂਨ ਦਾ ਨਚੋੜਨੇ ਇਹ ਪਾਗਲਾ ਵਾਂਗ ਮੈਂ ਵੀ ਕੀ ਸੋਚਿਆ ਸੀ ਬੜਾ ਉਪਕਾਰੀਏ ਵੇਖ ਲਿਆ ਉਪਕਾਰ 2-200 ਰੋਜ਼ ਦੀ ਵਿਸਕੀ ਹੋਰ ਪਿਓ ਦੀ ਪੈਨਸ਼ਨ ਚੋਂ ਆਉਂਦੀ ਹੈ ਕਿਸੇ ਤੋਂ ਹੋਰ 2000 ਕਿਸੇ ਤੋਂ 4000 ਚਪੜਾਸੀਆਂ ਨੂੰ ਵੀ ਕਿੰਨਾ ਮੂੰਹ ਪੈ ਗਿਆ ਹੋਇਆ ਸਾਡਾ ਵੀ ਖਿਆਲ ਰੱਖਿਓ ਜਿਵੇਂ ਖਜ਼ਾਨੇ ਦੀ ਕੁੰਜੀ ਫੜਾਈ ਹੁੰਦੀ ਹੈ ਤੇ ਆਪਣੇ ਆਪ ਨਾਲ ਗੱਲਾਂ ਕਰਦਾ ਉਹ ਘਰਵਾਲਤੁਰ ਪਿਆ ਮਨ ਅੱਗੇ ਨਾਲੋਂ ਸੈਂਕੜੇ ਗੁਣਾ ਨਿਰਾਸ਼ ਤੇ ਪਟਕਾਉ ਹੋ ਗਿਆ ਸੀ ਅੰਗ 5 ਸਾਥ ਦੇ ਸਾਹਮਣੇ ਇੱਕ ਵੱਡਾ ਸਾਰਾ ਪੁਰਾਣਾ ਦਰਵਾਜ਼ਾ ਸੀ ਜਿਹੜਾ ਬੇਤਿਆਨੀ ਕਰਕੇ ਕਈ ਥਾਵਾਂ ਤੋਂ ਟਹਿ ਗਿਆ ਸੀ ਸੈਂਕੜੇ ਚਿੜੀਆਂ ਕਬੂਤਰਾਂ ਨੇ ਕੱਚੀਆਂ ਕੰਧਾਂ ਨੂੰ ਖੁਰਚ-ਖੁਰਚ ਉਹਨਾਂ 'ਚ ਆਪਣੇ ਆਲਣੇ ਪਾ ਲਏ ਹੋਏ ਸੀ ਉਹਨਾਂ ਦੀਆਂ ਵਿੱਠਾਂ ਦੀ ਥਾਂ ਥਾਂ ਨੂੰ ਮੈਸ਼ ਲੱਗੀ ਹੋਈ ਹੁੰਦੀ ਸੀ ਦਰਵਾਜ਼ੇ ਦੇ ਅੱਗੇ ਇੱਕ 12-15 ਘਰਾਂ ਦੀ ਬੰਦ ਗਲੀ ਸੀ ਸੱਜੇ ਖਬੇ ਦੋਨੋਂ ਹੱਥ 10 10 20 20 ਕੋ ਹੱਥ ਪਿਛਾਂ ਹਟ ਕੇ ਵੱਡੇ ਵੱਡੇ ਖੁੱਲੇ ਚੌੜੇ ਘਰ ਸਨ ਜਿਨ੍ਹਾਂ ਚ ਇੱਕ ਕਰਤਾਰ ਦੀ ਮਲਕੀਅਤ ਵਿੱਚ ਸੀ ਕਦੇ ਪੁਰਾਣੇ ਸਮਿਆਂ 'ਚ ਸਾਰੇ ਦਾ ਸਾਰਾ ਥਾਂ ਉਹਨਾਂ ਦੇ ਕਿਸੇ ਬਜ਼ੁਰਗ ਦਾ ਸੀ ਤੇ ਪੀੜੀ ਦਰ ਪੀੜੀ ਵੰਡ ਕੇ ਇਹ ਹੁਣ ਕਿੰਨੇ ਘਰਾਂ 'ਚ ਖੰਡਾ ਪੁੰਡਾ ਦਿੱਤਾ ਗਿਆ ਸੀ ਉੰਜ ਸਾਰੇ ਦੇ ਸਾਰੇ ਘਰ ਕਰਤਾਰ ਦੇ ਖਾਨਦਾਨ ਵਿੱਚੋਂ ਸੰਤ ਕਾਫੀ ਪਿਆਰ ਰੱਖਦੇ ਸਨ ਕਰਤਾਰ ਦੇ ਪਿਓ ਨੇ ਪਿੱਛੇ ਜੇ ਦੋ ਕੋਠੇ ਛੱਤ ਲਏ ਸਨ ਤੇ ਉਹਨਾਂ ਦੇ ਸਾਹਮਣੇ ਨਿੱਕੀ ਜੀ ਰੋਟੀ ਟੁੱਕ ਨੂੰ ਵੇਖ ਰਸੋਈ ਵੀ اٹਕਾ ਲਈ ਸੀ ਵੱਡਾ ਸਾਰਾ ਬਗਲ ਮਾਰਿਆ ਹੋਇਆ ਸੀ ਇੱਕ ਕੰਧ ਜ਼ਰਾ ਉਚੇਰੀ ਚੁੱਕ ਕੇ ਦੋ ਸ਼ਤੀਰ ਪਛਵਾਂ ਲਈ ਵੀ ਲੱਗਦੇ ਵਾ ਪਵਾ ਲੈ ਹੁਣ ਮੀ ਕਣੇ ਨੂੰ ਵੀ ਡਾਡੀ ਐਸ਼ ਬਣੀ ਸੀ ਦਰਵਾਜ਼ੇ ਦੇ ਸਾਹਮਣੇ ਇੱਕ ਵੱਡੀ ਸਾਰੀ ਟਾਪ ਸੀ ਤੇ ਟਾਪ ਦੀ ਉਰਲੀ ਨੁਕਰ ਤੇ ਕੋਈ 2 250 ਸਾਲ ਪੁਰਾਣਾ ਇੱਕ ਬੋੜ ਜਿਹਦੀਆਂ ਜੜਾਂ ਤੇ ਟਾਣੇ ਦੂਰ ਦੂਰ ਤੱਕ ਫੈਲੇ ਸੀ ਜੇ ਠਾੜ ਦੇ ਦੁਪਹਿਰੇ ਢਾਲਣ ਨੂੰ ਲੋਕਾਂ ਬੋਰਡ ਥੱਲੇ ਕਿੰਨੇ ਚਬੂਤਰੇ ਬਣਾ ਲਏ ਸੀ ਕਿਸੇ ਸਮੇਂ ਕਿਸੇ ਧਰਮਾਤਮਾ ਨੇ ਬੋਰਡੇਠਾਂ ਇੱਕ ਖੂਬੀ ਲਵਾਤਾ ਸੀ ਜਿਸ ਤੇ ਸਾਲ ਪਿੰਡ ਵਿੱਚ ਇੱਕ ਨਵੀਂ ਬਣੀ ਨੌਜਵਾਨ ਸਭਾ ਨੇ ਟੰਡਾ ਸੁੱਟਵਾਤੀਆਂ ਤੇ ਪਸ਼ੂਆਂ ਲਈ ਪੱਕੀ ਖੇਲ ਬਣਵਾਤੀ ਪਿੰਡ ਦੇ ਪਾਲੀਆਂ ਲਈ ਬੁੱਢੇ ਬਜ਼ੁਰਗਾਂ ਲਈ ਵਿਹਲੇ ਨੌਜਵਾਨਾਂ ਲਈ ਸਭ ਦੇ ਇਕੱਠੇ ਹੋ ਕੇ ਜੁੜ ਬੈਠਣ ਦੀ ਏਥਾਂ ਸੀ ਜਿਸ ਦਿਨ ਤੋਂ ਸਭਾ ਵਾਲਿਆਂ ਨੇ ਇੱਥੇ ਅਖਬਾਰ ਲਿਆ ਕੇ ਸੁੱਟਣੇ ਸ਼ੁਰੂ ਕਰਤੇ ਉਸ ਦਿਨ ਤੋਂ ਤਾਂ ਇੱਥੇ ਅ ਡਰਾਈ ਰੰਗ ਜੰਮਣ ਲੱਗ ਪਿਆ ਸੀ ਪਾਂ ਪਾਂਦੀਆਂ ਖਬਰਾਂ ਨਵੀਆਂ-ਨਵੀਆਂ ਗੱਲਾਂ ਤੇ ਨਿੱਕੇ-ਨਿੱਕੇ ਬੈਸਾਂ ਸਾਰਾ-ਸਾਰਾ ਦਿਨ ਬੱਜੇ ਇਕੱਠਾਂ 'ਚ ਛਿੜੀਆਂ ਰਹਿੰਦੀਆਂ ਕੋਈ ਸਮਾਂ ਸੀ ਜਦੋਂ ਕਰਤਾਰਵੀ ਇਹਨਾਂ ਚਬੂਤਰਿਆਂ ਤੇ ਲੱਗੀਆਂ ਮਹਿਫਲਾਂ ਦਾ ਸ਼ਿੰਗਾਰ ਹੁੰਦਾ ਸੀ ਤੇ ਜਿਵੇਂ ਉਸ ਬਿਨਾ ਮਹਿਫਲਾਂ ਸੁਨੀਆਂ-ਸੁਨੀਆਂ ਬਣ ਜਾਂਦੀਆਂ ਸੀ ਉਹਦੀ ਹੀਰ ਨੇ ਪਿੰਡ ਦੇ ਲੋਕ ਕੀਲੇ ਹੋਏ ਸਨ ਕੋਈ ਦਿਨ ਅਜਿਹਾ ਲੰਘਦਾ ਹੋਊ ਜਿਸ ਦਿਨ ਪੰਜ-ਪੰਜ ਚਾਰ-ਚਾਰ ਵਾਰ ਲੋਕਾਂ ਨੇ ਉਹਨੂੰ ਘਰੋਂ ਬੁਲਾ-ਬੁਲਾ ਕੇ ਉਹਦੀ ਸੁਰੀਲੀ ਆਵਾਜ਼ ਥੀ ਕਿਸੇ ਨੇ ਸੁਣਿਆ ਹੋਊ ਉਜੈਸਿੰਧ ਦੀ ਉਸ ਐਮੇ ਕੀਤੀ ਸੀ ਜਿਵੇਂ ਸਤ ਉਸ ਲਈ ਇੱਕ ਭੁੱਤਾਂ ਦਾ ਅੱਡਾ ਬਣ ਗਿਆ ਸੀ ਇਸ ਲਈ ਨਹੀਂ ਕਿ ਉਹਨੇ ਐਮੇ ਕਰ ਲਈ ਸੀ ਹੁਣ ਉਹ ਲੋਕਾਂ ਦੇ ਸਟੈਂਡਰਡ ਤੋਂ ਕੁਝ ਉੱਚੇ ਰਾ ਹੋ ਗਿਆ ਸੀ ਸਗੋ ਦੀ ਬੇਰੁਜ਼ਗਾਰੀ ਨੇ ਉਹਦਾ ਦਿਲ ਲੋਕਾਂ ਵੱਲੋਂ ਮੋੜ ਦਿੱਤਾ ਸੀ ਭਾਂ ਭਾਂਦੀਆਂ ਹੁੰਦੀਆਂ ਟਕੋਰਾ ਨੇ ਉਹਨੂੰ ਮਜਬੂਰ ਕਰਤਾ ਸੀ ਉਹ ਬਿਨਾਂ ਕਿਸੇ ਨਾਲ ਅੱਖ ਮਲਾਏ ਅੱਗੇ ਲੰਘ ਜਾਏ ਕਦੇ ਉਹਦੀ ਹਿੰਮਤ ਨਹੀਂ ਸੀ ਭਈ ਉੱਪਰੀ ਮਹਿਫਿਲ 'ਚ ਬੈਠ ਕੇ ਕਿਸੇ ਅਖਬਾਰ ਨੂੰ ਫੋਲ ਸਕੇ ਕਿਸੇ ਖਬਰ ਤੇ ਬਹਿਸ ਕਰ ਸਕੇ ਖਬਰੇ ਕਿਉਂ ਲੋਕਾਂ ਦੇ ਨਹੋ ਰਹੇ ਉਸ ਚੇਨੇ ਡੂੰਗੇ ਉਤਰ ਗਏ ਸਨ ਬੋਰਡ ਦੀਆਂ ਟਾਣੀਆਂ ਬਹੁਤੀਆਂ ਹੀ ਵੱਧ ਕੇ ਮਿੱਠੂ ਬਾਣੀਆਂ ਦੀਆਂ ਹੱਟ ਤੱਕ ਪੱੜ ਗਈਆਂ ਤੇ ਉਹਨੇ ਵੀ ਉਹਨਾਂ ਦਾ ਪੂਰਾ ਪੂਰਾ ਫਾਇਦਾ ਉਠਾਇਆ ਸੀ ਇੱਕ ਲਿਪ ਪਹੁੰਚ ਕੇ ਵੱਡਾ ਸਾਰਾ ਚਬੂਤਰਾ ਬਣਾ ਲਿਆ ਜਿੱਤੇ ਸਾਰਾ ਦਿਨ ਉਹ ਇੱਕ ਫੱਟੀ ਜੀ ਫੱਟੀ ਜੀ ਦਰੀ ਸੁੱਟੀ ਰੱਖਦਾ ਤੇ ਜਦੋਂ ਦੋ ਭਾਈ ਇਕੱਠੇ ਹੋ ਗਏ ਉੱਠ ਬੈਠਿਆ ਨਹੀਂ ਤਾਂ ਸਾਰਾ ਦਿਨ ਹੁੱਕੇ ਦੀ ਨੜੀ ਨੂੰ ਮੂੰਹ ਚ ਹੀ ਪਾਈ ਲੇਟੇ ਮਾਰਦਾ ਰਹਿੰਦਾ ਨਿੱਕੀ ਜਿਹੀ ਹੱਟੀ ਸੀ ਜੀ ਤੇ ਕਈ ਕਦੇ ਕੋਈ ਭੁੱਲਿਆ ਚੁੱਕਿਆ ਗਾਹ ਕੇ ਆਉਂਦਾ ਸੀ ਤੇ ਕਦੇ ਉਹਦੇ ਰੰਗ ਵਿੱਚ ਭੰਗ ਪੈਂਦਾ ਸੀ ਉੰਜ ਵੀ ਲੋਕਾਂ ਦੀਆਂ ਗੱਲਾਂ ਸੁਣਨ ਉਹਦਾ ਢੇਰ ਰੁੱਝੇ ਮਾਸੀ ਬਸ ਸਾਰਾ ਦਿਨ ਹੀ ਕੰਨ ਲਾਈ ਰੱਖਦਾ ਬਾਬੇ ਆ ਸੁਣਿਆ ਸੀ ਅੱਜ ਰੇਡੀਓ ਕੀ ਆਂਦਾ ਪਿਆ ਸੀ ਨਾ ਬਈ ਗਿਆ ਨਹੀਂ ਘਰ ਮੈਂ ਤਾਂ ਆਂਦਾ ਕੀ ਸੀ ਚਿੱਟੀ ਦਾੜੀ ਵਾਲੇ ਬਾਬੇ ਨੇ ਪੁੱਛਿਆ ਖਬਰਾਂ ਨਹੀਂ ਤੂੰ ਸੁਣੀਆਂ ਅੱਜ ਤੇ ਬੜੀਆਂ ਨਵੀਆਂ ਖਬਰਾਂ ਆਈਆਂ ਦੋ ਤਿੰਨ ਹੋ ਗਏ ਬਸ ਘੌਲੀ ਕਰ ਗਿਆ ਮੈਂ ਹਾਂ ਕੀ ਖਬਰਾਂ ਨਾ ਤੂੰ ਕਿ ਪਾਕਿਸਤਾਨ ਚ ਫੇਰ ਮੁਸਲਮਾਨਾਂ ਚ ਵੱਡ ਟੁੱਕ ਸ਼ੁਰੂ ਹੋਈ ਪਈ ਐ ਧੜਾ ਧੜ ਲੋਕ ਮਰੀ ਜਾਂਦੇ ਨੇ ਲੱਖਾਂ ਭਾਰਤ ਨੂੰ ਭੱਜੇ ਆਉਂਦੇ ਨੇ ਅੱਗੇ ਇੱਥੇ ਮੁਸਲਮਾਨ ਥੋੜੇ ਨੇ ਵਾਹ ਓਏ ਮਿੱਠੂ ਸੇਠਾ ਇਹ ਕੋਈ ਤੈਨੂੰ ਨਵੀਂ ਖਬਰ ਲੱਗਦੀ ਐ ਇਹ ਤਾਂ ਮਾਰਚ ਦੇ ਅਖੀਰ ਦੀ ਛਿੜੀ ਐ ਤੇ ਚੱਲਦਾ ਜੂਨ ਦਾ ਅਖੀਰ ਪੂਰੇ 3 ਮਹੀਨੇ ਹੋ ਗਏ ਫਿਰ ਬਣੂ ਕੀ ਐਵੇਂ ਲੋਕੀ ਮਰ ਜਾਣਗੇ ਬਣਨਾ ਹੋਰ ਕੀ ਅੱਗੇ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਏ ਸੀ ਹੁਣ ਪਾਕਿਸਤਾਨ ਦੇ ਫੇਰ ਦੋ ਟੋਟੇ ਹੋ ਜਾਣਗੇ ਲੋਕਾਂ ਪਿੱਛੇ ਥੋੜਾ ਹਟਣਾ ਹਲਾ ਹੋਇਆ ਕੀ ਸੀ ਉੱਥੇ ਸਹੀ 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 ਆ ਪਿੱਛੇ ਜੀ ਚੋਣਾ ਹੋਈਆਂ ਸੀ ਜਿਵੇਂ ਹੁੰਦੀਆਂ ਆਪਣੇ ਬੰਗਾਲੀਆਂ ਬੰਗਾਲੀਆਂ ਉਈਮ ਲੀਗ ਨੂੰ ਆਪਣਾ ਬਹੁਤ ਸੰਤਰੀ ਨਾਲ ਚੁਣ ਲਿਆ ਪਿੱਛੇ ਲੋਕਾਂ ਆਖਿਆ ਆਵਾਮੀ ਲੀਗ ਨੂੰ ਰਾਜਕਾਜ ਦਾ ਕੰਮ ਸੌਂਪੇ ਤੇ ਖੁਦ ਮਿਕਤਾਰੀ ਦਿਓ ਪਰ ਯਈਆ ਆਖੇ ਪੁੱਟੋ ਦੀ ਸ਼ਹਿਤ ਇਹ ਗੱਲ ਟਾਲੀ ਜਾਵੇ ਸਿੱਧੇ ਰਹੇ ਆਵੀਨ ਉਹਨਾਂ ਜਦੋਂ ਕੁਛ ਵੀ ਹੱਥ ਲੱਗਦਾ ਨਾ ਵੇਖਿਆ ਤੇ ਲੜਾਈ ਛੇੜਦੀ ਹੋਰ ਕੀ ਹੋਣਾ ਸੀ ਆਹ ਕਹਾਣੀ ਆ ਸਾਰੀ ਪਹਿਲੀ ਸਰਕਾਰ ਕੀ ਆਂਦੀ ਸੀ ਉਹਨਾਂ ਨੂੰ ਆਪਣੇ ਖੂਨ ਬਹਾਣ ਤੇ ਤੁਲੇ ਨੇ ਓਏ ਆਜ਼ਾਦੀ ਮੰਗਦੇ ਨੇ ਆਪਾਂ ਵਾਂਗੂ ਅੱਗੇ ਇੱਥੇ ਥੋੜਾ ਵੱਡ ਟੁਕ ਹੋਈ ਸੀ ਸਾਲੀਆਂ ਲੋਥਾਂ ਕਿੱਥੇ ਗਿਣੀਆਂ ਜਾਂਦੀਆਂ ਸੀ ਫੌਜੀ ਹਕੂਮਤ ਵੀ ਕੋਈ ਹਕੂਮਤ ਹੁੰਦੀ ਹੈ ਭਲਾ ਨਾ ਬੋਲਣ ਦਾ ਹੱਕ ਨਾ ਪਹਿਨਣ ਦਾ ਹੱਕ ਨਾ ਖਾਣ ਦਾ ਹੱਕ ਗੁਲਾਮੀ ਏ ਗੁਲਾਮੀ ਆਜ਼ਾਦ ਹੋਣਾ ਚਾਹੁੰਦੇ ਨੇ ਹੋ ਜਾਣਗੇ ਇੱਕ ਦਿਨ ਹਾਂਜੀ ਇਹ ਤੇ ਹੁਣ ਵਿਚਾਰਾ ਹਕੂਮਤ ਆਪਣੇ ਹੱਥੋਂ ਛੱਡੇ ਵੀ ਤੇ ਕਿਵੇਂ ਚੂਹੀ ਸ਼ੇਰ ਬਣ ਕੇ ਫੇਰ ਕਦੇ ਚੂਹੀ ਬਣਨਾ ਚਾਹੁੰਦੀ ਕਿਸੇ ਹੋਰ ਨੇ ਆਪਣਾ ਘੋੜਾ ਭਜਾਇਆ ਇਸੇ ਦਾ ਨਾਂ ਤਾਂ ਸਿਆਸਤ ਹੈ ਆਪਣੇ ਨਹੀਂ ਸਰਕਾਰ ਨੇ ਵੋਟਾਂ ਵੇਲੇ ਕੀ ਨਾਅਰਾ ਲਾਇਆ ਸੀ ਹੁਣ ਬਜਟ ਚ ਕੀ ਰੰਗ ਖਿਲਾਰ ਦਿੱਤੇ ਨੇ ਇਹ ਤੇ ਲੀਡਰ ਸਿਆਸਤਾਂ ਖੇਡਦੇ ਹੀ ਹੁੰਦੇ ਨੇ ਹੂੰ ਤੇ ਇਹ ਗੱਲ ਜੇ ਆਂਦੇ ਤਬਾਈ ਬਲਾਮਚਾ ਰੱਖੀ ਆ ਸੋਹਰਿਆਂ ਮੁਸਲਮਾਨਾਂ ਨੇ ਆਪਣੇ ਮੁਸਲਮਾਨਾਂ ਨੂੰ ਹੀ ਮਾਰਨਾ ਸ਼ੁਰੂ ਕੀਤਾ ਹੈ ਲਗਦੀ ਤੇ ਪਹਿਲੀ ਕਾਰਵਾਈ ਹੈਗੀ ਐ ਅੱਗੇ ਆਪਾਂ ਤਾਂ ਕਦੇ ਇਹੋ ਜਿਹਾ ਜ਼ੁਲਮ ਸੁਣਿਆ ਨਹੀਂ ਬਈ ਸੁਣਿਆ ਤਾਂ ਐਵੇਂ ਹੀ ਐ ਉਹ ਜੋ ਤੇ ਪਹਿਲਾਂ ਦੂਜਿਆਂ ਮੁਲਕਾਂ ਦੀਆਂ ਗੱਲਾਂ ਹੋਈਆਂ ਤੇ ਆਪਣੇ ਥੋੜਾ ਕੁਝ ਖੋਈ ਜਾਂਦਾ ਸਾਲਾ ਕਿਤੇ ਚੈਨ ਐ ਮਨ ਨੂੰ ਬਹੁਤੀ ਦੂਰ ਨਾ ਜਾ ਆਪਣਾ ਪਿੰਡ ਹੀ ਵੇਖ ਲੈ ਕਿਵੇਂ ਇੱਕ ਨਵੀਂ ਪਾਰਟੀ ਬਣਾਈ ਐ ਨਵਾਈ ਉੱਠਿਆ ਐ ਆਜ਼ਾਦ ਆਪਣੀ ਅੱਡੀ ਡਾਂਗ ਖੜੀ ਕਰ ਲਈ ਸੁਣਾ ਸੁਣਿਆ ਤਾਂ ਇਉਂ ਵੀ ਐ ਕਿ ਹੁਣ ਇਹ ਸਰਦਾਰ ਨਾਲ ਟੱਕਰ ਲੈਣਗੇ ਉਹਦੀ ਜ਼ਮੀਨ ਜਬਰੀ ਕਬਜ਼ੇ 'ਚ ਕਰਨਗੇ ਕੋਈ ਐਵੇਂ ਹੀ ਮਾਰਦੇ ਰਹਿੰਦੇ ਆਂ ਸ਼ਹਿਰ ਗਿਆ ਤੇ ਇੱਕ ਦੋ ਥਾਵਾਂ ਤੋਂ ਕੁਝ ਸੋਹਣਾ ਆ ਤੇ ਇੱਥੇ ਆ ਕੇ ਇਹਨੂੰ ਪਕਾਈ ਫੇਰ ਮਾਰਨ ਲੱਗ ਜਾਂਦਾ ਉਹ ਹੋਰ ਇਹਨੂੰ ਵਿਹਲੇ ਨੂੰ ਕੋਈ ਕੰਮ ਥੋੜਾ ਇਉਂ ਵੀ ਤੇ ਕਿਤੇ ਜ਼ਮੀਨਾਂ ਕਬਜ਼ੇ ਹੋਈਆਂ ਤੇ ਛੱਡੀਆਂ ਜਾਂਦੀਆਂ ਨੇ ਪਿੰਡ ਤੇ ਹੁਣ ਸੌਰੇ ਨੇ ਸਾਰਾ ਮਗਰ ਲਾ ਲਿਆ ਕੀ ਬਾਜੀਗਰ ਕੀ ਜੂੜੇ ਕੀ ਚਮਿਆਰ ਉਹਦੇ ਸਾਥ ਸਾਹ ਭਰਨ ਲੱਗ ਪਏ ਨੇ ਪਤਾ ਨਹੀਂ ਕੀ ਪਟੀਆਂ ਪੜਾਤੀਆਂ ਉੰਜ ਤੇ ਪਿੱਛੇ ਜੇ ਸਾਰਿਆਂ ਨੂੰ ਕੰਮ ਤੋਂ ਹਟਾ ਲਿਆ ਸੀ ਦਿਹਾੜੀ ਵਧਾ ਕੇ ਛੱਡੀ ਸੀ ਬਸ ਉਦੋਂ ਤੋਂ ਅੱਧੇ ਤਾਂ ਉਹਦੇ ਮਗਰ ਹੋ ਗਏ ਉਹਨੇ ਹੁਣੇ ਆ ਕੇ ਬੈਠਾ ਇੱਕ ਅੱਧ ਘੜੀ ਬੈਸਟ ਖੁੱਦ ਪਿਆ ਸੀ ਮਜ਼ਦੂਰੀ ਦੀਆਂ ਗੱਲਾਂ ਹੋਰ ਹੁੰਦੀਆਂ ਨੇ ਜ਼ਮੀਨ ਖੋਣੀਆਂ ਹੋਰ ਗੱਲ ਓਏ ਉਹਨਾਂ ਕੋਈ ਜ਼ਬਰੀ ਥੋੜਾ ਕਰਨੀ ਐ ਭਾਈ ਬੰਦੀ ਨਾਲ ਸਮਝਾਉਣਾ ਐ ਨਾ ਸਮਝਿਆ ਫੇਰ ਕੀ ਐ ਕੰਮ ਬੰਦ ਕਰਕੇ ਉਹਨੂੰ ਸਮਝਾਵਾਂਗੇ ਹੋਰ ਕੋਈ ਖੂਨ ਖਰਾਬੇ ਥੋੜਾ ਕਰਨੇ ਨੇ ਭਲਾਈ ਐ ਇਹ ਗੱਲ ਛੱਡ ਦੇ ਬਾਬਿਆ ਅਖਬਾਰ ਤੇ ਤੂੰ ਨੀਤੀ ਪੜ੍ਹਦਾ ਪਿੱਛੇ ਜੇ ਚੱਲਿਆ ਨਹੀਂ ਸੀ ਕਿ ਭੂਮੀ ਮੱਲੋ ਅੰਦੋਲਨ ਆਖਦੇ ਨੇ ਉਦੋਂ ਕਮਿਊਨਿਸਟਾਂ ਨੇ بڑا ਕਬਜ਼ਾ ਕੀਤਾ ਉਹ ਛੱਡਿਆ ਕਰ ਇਹੋ ਜੀਆਂ ਗੱਲਾਂ ਅਖਬਾਰਾਂ ਨੇ ਵੀ ਕਦੇ ਸੱਚ ਬੋਲਿਆ ਜਿਹੜੀ ਪਾਰਟੀ ਦਾ ਅਖਬਾਰ ਹੋਇਆ ਉਹਦੀਆਂ ਤਰੀਫਾਂ ਕਰਨੀਆਂ ਹੋਈਆਂ ਚੰਗਾ ਜੀ ਕੌਣ ਤੁਹਾਨੂੰ ਸਮਝਾਵੇ ਨੌਜਵਾਨ ਨੇ ਸਿਰ ਝਟਕ ਕੇ ਕਿਹਾ ਫੇਰ ਹੁਣ ਮਾਰ ਥੋੜੀ ਖਾਦੀ ਸੀ ਹੁਣ ساری ਉਮਰ ਹੱਡਾਂ ਨੂੰ ਸਿੱਖੀ ਜਾਣਗੇ ਬੈਠ ਜਾਣ ਭੂਮੀ ਦੇ ਕੋਠੇ ਪਾ ਕੇ ਫਿਰ ਕੁਰਬਾਨੀ ਤਾਂ ਹਰ ਕੰਮ ਲਈ ਦੇਣੀ ਪੈਂਦੀ ਹੈ ਤੂੰ ਤੇ ਆਖਣਾ ਵੀ ਪੱਕੇ ਪਕਾਏ ਲੱਡੂ ਮੂੰਹ 'ਚ ਪੈ ਜਾਣ ਕੁਝ ਕੁਰਬਾਨੀ ਬਿਨਾ ਕਦੇ ਕੁਝ ਖਟਿਆ ਤੂੰ ਤੇ ਇਹ ਵੀ ਆਖੇਗਾ ਕਿ ਭਗਤ ਸਿੰਘ ਹੋਰੀ ਕੀ ਘਟਗੇ ਜਾਨਾ ਆਪਣੀਆਂ ਗਵਾਈਆਂ ਤੇ ਜਿਹੜੇ ਥਾਂ ਤਾਂ ਬੁੱਤ ਲੱਗਦੇ ਆ ਇਹ ਹਾਰ ਪੈਂਦੇ ਨੇ ਇਹ ਕੋਈ ਥੋੜੇ ਤਾਂ ਨਹੀਂ ਹੋਰ ਸਾਰਾ ਬਿਨਾ ਨਾਂ ਖੱਟੇ ਪੈਸਾ ਕੀ ਨਾਲ ਚਲੇ ਜਾਣਾ ਲੋਕੀ ਕਦੇ ਪਟੇਲ ਤੇ ਬਹੁਤ ਸਾਰੇ ਲੀਡਰਾਂ ਨੂੰ ਭੁੱਲਤੇ ਨੇ ਨਾ ਜਾਣਗੇ ਕੁਰਬਾਨੀ ਕੁਰਬਾਨੀਆਂ ਹੀ ਹੁੰਦੀ ਹੈ ਬਾਬੇ ਆ ਪਿੱਛੇ ਜੇ ਨਰੇਣੇ ਨੇ ਨਰੇਣੇ ਕੇ ਜੀਤੇ ਨੇ ਵੀ ਦਿੱਤੀ ਉਸੀ ਕੁਰਬਾਨੀ ਸਾਰਾ ਟੱਬਰ ਨਹੀਂ ਰੁਲਦਾ ਫਿਰਦਾ ਦਰਦ ਦਰਦੀਆਂ ਟੋਕਣਾ ਉਹ ਵੀ ਮਸਾ ਮਸਾਂ ਜੇ ਬਣਿਆ ਸੀ ਇੱਕ ਵਾਰ ਤਾਂ ਲੀਡਰ ਬਣ ਕੇ ਅਗਲੇ ਨੂੰ ਖੁੰਜੇ ਲਾਤਾ ਮੁੜ ਕੇ ਉੱਠਿਆ ਕੋਈ ਆਪੇ ਖਿੰਡ ਪੁੰਨ ਗਈ ਸਾਰੀ ਪਾਰਟੀ ਅੱਧੇ ਤਾਂ ਮਾਰੀਆਂ ਮਰਾਈਆਂ ਮਾਰਾਂ ਸਾਂਭਣ ਵਾਲੇ ਹੁੰਦੇ ਐ ਕੰਮ ਕਰਨ ਵਾਲਾ ਕੋਈ ਹੁੰਦਾ ਨਹੀਂ ਸਰਦਾਰ ਹੋਰ ਸਮੇ ਸੀ ਉਹਦਾ ਨਾਲੇ ਉਹ ਤਾਂ ਸਮੇ ਹੀ ਹੋਰ ਸੀ ਹੁਣ ਤੇ ਸਰਕਾਰ ਵੀ ਬਦਲ ਗਈ ਹੋਈ ਐ ਗਰੀਬੀ ਪੈ ਵੀ ਲੋਕਾਂ ਦੇ ਉੱਤੋਂ ਦੀ ਗਈ ਗਰੀਬਾਂ ਨੂੰ ਤਾਂ ਸਹ ਲੈਣਾ ਵੀ ਔਖਾ ਹੋਇਆ ਪਿਆ ਭੁੱਖਾ ਮਰਦਾ ਆਖੇ ਕੀ ਨਹੀਂ ਕਰਦਾ ਭੁੱਖੇ ਮਰਦੇ ਲੋਕਾਂ ਡਾਕੇ ਮਾਰਨੇ ਨੇ ਕਿਸੇ ਹੋਰ ਨਹੀਂ ਗਿਆ ਛੱਡੋ ਗੱਲਾਂ ਹੋਰ ਸਾਰੀਆਂ ਪਿੱਛੇ ਪੜਿਆ ਨਹੀਂ ਸੀ ਅਖੇ ਇੱਕ ਮੁੰਡਾ ਬੀਏ ਕਰਕੇ ਹਟਿਆ ਸੀ ਪੜਨ ਚ ਬੜਾ ਹੁਸ਼ਿਆਰ ਪੜਨਾ ਅੱਗੇ ਉਹ ਚਾਹੇ ਪਰਸ ਵਾਲਾ ਪੈਸਾ ਪੱਲੇ ਨਾ ਬੜਾ ਭਜੇ ਨਾ ਠਿਆ ਰਿਸ਼ਤੇਦਾਰਾਂ ਵੀ ਜਵਾਬ ਦਿੱਤਾ ਚਿੱਟਾ ਦੁੱਧ ਵਰਗਾ ਨੌਕਰੀ ਸਾਰੀ ਉਹ ਨਾ ਮਿਲੇ ਫੇਰ ਰੱਖੇ ਉਹਨੇ ਕਿਸੇ ਬਾਣੀ ਅੱਗੇ ਜਾ ਹਾੜੇ ਵੀ ਕੱਟੇ ਉਸ 5 ਰੁਪਏ ਸੈਂਕੜੇ ਦਾ ਵਿਆਜ ਮੰਗਿਆ ਹਾਰ ਕੇ ਮੁੰਡੇ ਨੇ ਦੂਜਾ ਰਾਹੀ ਫੜਿਆ 10 ਭਲਾ ਇਹਦੇ ਚ ਕਸੂਰ ਕਿਦਾ ਹੋਇਆ ਮੁੰਡੇ ਦਾ ਕਿ ਲੋਕਾਂ ਦਾ ਕੋਈ ਤਾਂ ਠੀਕ ਆ ਪਰ ਇਹਦੇ ਮਤਲਬ ਇਹ ਨਹੀਂ ਬਈ ਉਂਝ ਕਿਸੇ ਦੀ ਜਾਇਦਾਦ ਤੇ ਕਬਜ਼ੇ ਕਰੀ ਜਾਓ ਤੇ ਲੁੱਟ ਮਾਰ ਮਚਾਈ ਜਾਓ ਇਹ ਥੋੜਾ ਮੈਨਾਂ ਉਹਨਾਂ ਦਾ ਮਕਸਦ ਤਾਂ ਇੰਨਾ ਕੁ ਇਹ ਵੀ ਲੋਕਾਂ ਨੂੰ ਘਟੋ ਘਟ ਜਿਉਣ ਦੀ ਸਹੂਲਤ ਤਾਂ ਮਿਲ ਜਾਏ ਇਹ ਤਾਂ ਨਾ ਹੋਵੇ ਵੀ ਇੱਕ ਪੰਡਾ ਚਾਹੁੰਦਾ ਪੜੰਦੇ ਯੋਗ ਵੀ ਹੈਗੇ ਨੂੰ ਤਰੱਕੀ ਕਰਨ ਜੋਗਾ ਵੀ ਹੈ ਤੇ ਪੈਸੇ ਨਾ ਹੋਣ ਕਰਕੇ ਘਰ ਦੀ ਚਾਰ ਦੁਵਾਰੀ ਅੰਦਰ ਪਿਆ ਤਾਂ ਨਾ ਸੜਦਾ ਰਹੇ ਬਿਨਾ ਕਿਸੇ ਫਿਕਰ ਭੱਕ ਕੇ ਤੇ ਕਿਸੇ ਕਿਤੇ ਤੇ ਨਾ ਪਹੁੰਚ ਸਕੇ ਹੁਣ ਕੱਲ ਜਾਂ ਚ ਪੜਦਿਆਂ ਨੂੰ ਤਾਂ 50 ਫਿਕਰ ਘਰਾਂ ਦੇ ਹੁੰਦੇ ਨੇ ਫਿਰ ਕੋਈ ਪੜੇ ਕੀ ਸੁਆ ਨਾਲ ਇਹ ਵੀ ਗਰੀਬਾਂ ਦੇ ਦਿਲਾਂ ਤੇ ਲੂਣ ਮਲਣ ਵਾਲੀ ਗੱਲ ਹੁੰਦੀ ਹੈ ਵੀ ਇੱਕ ਤਾਂ ਮੇਰੇ ਅਰਗੇ ਕਿਤੇ ਕਾਰਚੋਂ ਪੈਰੀ ਨਾ ਕੱਢੇ ਤੇ ਤੁਹਾਡੇ ਅਰਗੇ ਬਜ਼ੁਰਗਾਂ ਦੇ ਖੁਰੜੇ ਪਸ਼ੂਆਂ ਦੇ ਖੁਰਾਂ ਹੀਟ ਬਣੀਦੇ ਰਹਿਣ ਸੱਪਾਂ ਦੀਆਂ ਸਿਰੀਆਂ ਨਾਲ ਤੁਸੀਂ ਖੇਡਦੇ ਰਹੋ ਤੇ ਦਾਣਿਆਂ ਦੀਆਂ ਟਰਾਲੀਆਂ ਆ ਕੇ ਮੈਂ ਸੰਭਾਲਾਂ ਸਿਰਫ ਐਸੇ ਲਈ ਕਿ ਅਸੀਂ ਜ਼ਮੀਨ ਦੇ ਕੰਮ 'ਚ ਆਂ ਤੇ ਉਹ ਮਾਲਕ ਨਾਲੇ ਆਖਦੇ ਨੇ ਜ਼ਮੀਨ ਸਾਡੀ ਮਾਂ ਐ ਫਿਰ ਮਾਂ ਤੇ ਤਾਂ ਪੁੱਤਾਂ ਦਾ ਹੱਕ ਬਰਾਬਰ ਹੁੰਦਾ ਕੋਈ ਵੱਡਾ ਭਾਵੇਂ ਛੋਟਾ ਨਾਲੇ ਜਿਹੜਾ ਉਹਦੀ ਸੇਵਾ ਕਰੇ ਉਹਦੇ ਨਾਲ ਹੀ ਮਾਂ ਦਾ ਮੋਹ ਪਿਆਰ ਜ਼ਿਆਦਾ ਹੁੰਦਾ ਕਿ ਵੇਲਣ ਨਾਲ ਹੈ ਤਾਂ ਉਹਨਾਂ ਦੀ ਗੱਲ ਕਿਸੇ ਹੱਦ ਤੱਕ ਠੀਕ ਹੀ ਅਸੀਂ ਮੰਨਿਏ ਭਾਵੇਂ ਨਾ ਇੱਕ ਗੱਲ ਬਾਬੇ ਹੋਰ ਵੀ ਹੁੰਦੀ ਐ ਉਹ ਇਹਨਾਂ ਮੁਸ਼ਕਲਾਂ 'ਚੋਂ ਲੰਘੇ ਹੁੰਦੇ ਨੇ ਕਈ ਦਿਨ ਕਈ ਕਈ ਦਿਨ ਭੁੱਖੇ ਕੱਟੇ ਹੁੰਦੇ ਨੇ ਸਲੀ ਮਜਬੂਰ ਹੁੰਦੇ ਨੇ ਇਹ ਤੇ ਪਿੰਡ ਦੇ ਬੰਦੇ ਨੇ ਪਿੰਡ ਖਾਤਰ ਨੇ ਅਮੀਰੀ ਗਰੀਬੀ ਤਾਂ ਬਣੀ ਆਈ ਆ ਪਹਿਲੇ ਦਿਨ ਦੀ ਕੋਈ ਇਹ ਨਵੀਂ ਬਿਮਾਰੀ ਤਾਂ ਨਹੀਂ ਫੈਲ ਗਈ ਕੋਈ ਉਹ ਮੇਰਾ ਖਿਆਲ ਆ ਮੇਰੇ ਦਿਮਾਗ 'ਚ ਭੂਸਾ ਭਰਿਆ ਹੋਇਆ ਤੇਰੇ ਕੋਲ ਹੈ ਨਾ ਚਾਰ ਦਾਣੇ ਤੈਨੂੰ ਗੱਲਾਂ ਆਉਣੀਆਂ ਹੀ ਹੋਈਆਂ ਕਦੇ ਆਪਣੇ ਸੀਰੀਆਂ ਦਾ ਹਾਲ ਪੁੱਛ ਕੇ ਤਾਂ ਵੇਖੀ 500 ਚ ਅਗਲੇ ਨੂੰ ਖਰੀਦ ਕੇ ਹੀ ਰੱਖ ਲੈਂਦੇ ਹੋ ਸਾਰਾ ਦਿਨ ਖੱਲ ਲਾਉਣ ਕਦੇ ਆਪਣੇ ਲਾਡਲਿਆਂ ਤੋਂ ਲਿਆ ਉਹਨਾਂ ਜਿੰਨਾ ਕੰਮ ਉੱਪਰ ਜੀ ਯਾਦ ਬੱਗੇਬਾਜੀਗਰ ਦੇ ਮੁੰਡੇ ਦੀ ਬਾਹਂ ਕੱਟ ਗਈ ਸੀ ਮਸ਼ੀਨ ਚ ਆ ਕੇ ਵਿਚਾਰਾ ਮਾਂਬਾਰਾ ਸੀ 15 ਸਾਲਾਂ ਦੀ ਉਮਰ ਸੀ 200 ਇਲਾਜ ਨੂੰ ਵੀ ਨਹੀਂ ਸੀ ਦਿੱਤਾ ਆਪਦਾ ਹੁੰਦਾ ਤਾਂ ਤਰਥੱਲੀ ਨਾ ਮਚਾ ਦਿੰਦਾ ਠੀਕ ਆ ਗੱਲਾਂ ਆਉਂਦੀਆਂ ਹੀ ਹੁੰਦੀਆਂ ਕੁਛ ਦਿਰ ਚੁੱਪ ਰਹਿ ਕੇ ਫਿਰ ਬੋਲਿਆ ਮੈਂ ਆਨਾ ਜੇ 2 ਮਹੀਨੇ ਇਹ ਸਭ ਸਬਾ ਹੋਰ ਕੱਢ ਗਏ ਤਾਂ ਪਿੰਡ ਨੂੰ ਸਵਰਗ ਬਣਾ ਦੇਣਗੇ ਵੇਖੀਂ ਯਾਦ ਨੂੰ ਹੋਰਾਂ ਗੱਲਾਂ ਦਾ ਤਾਂ ਪਤਾ ਨਹੀਂ ਇਹਨਾਂ ਜ਼ਰੂਰ ਕਹਾਂਗਾ ਵੀ ਅਗਲੇ ਮਹੀਰੋਂ ਕੋਈ ਕੱਟ ਨਹੀਂ ਹੁੰਦੀ ਉਹਨਾਂ ਵੀ ਮਾਂ ਦਾ ਦੁੱਧ ਪੀਤਾ ਹੁੰਦਾ ਹੈ। ਭੋਰਾ ਖਬਰ ਉਹਨਾਂ ਦੇ ਕੰਨ 'ਚ ਪਈ ਨਹੀਂ। ਉਦੋਂ ਹੀ ਕਿਸੇ ਨੇ ਕਿਸੇ ਨਾ ਕਿਸੇ ਅੜਾ ਕੇ ਰੱਖ ਦੇਣਾ। ਪੁਲਿਸ ਤਾਂ ਪਲਦੀ ਇਹਨਾਂ ਦੇ ਸਿਰ ਤੇ। ਸਾਰਾ ਦਿਨ ਜਦੋਂ ਇਹਨਾਂ ਦੇ ਰਹਿਣਾ ਇਹਨਾਂ ਦੀ ਹੀ ਕਰਨੀਆਂ, ਖਾਣਾ ਪੀਣਾ, ਐਸ਼ਾਂ ਲੁੱਟਣੀਆਂ। ਫਿਰ ਉਹਨਾਂ ਕੋਈ ਕਿਸੇ ਤੋਂ ਬਾਹਰ ਥੋੜਾ ਰਹਿਣਾ। ਬੁੱਢੇ ਦੇ ਅੰਦਰ ਆਪਣਾ ਪਾਲਾ ਸੀ ਜਿਹੜਾ ਉਹਨੂੰ ਖਾ ਰਿਆ ਸੀ। ਤੂੰ ਤਾਂ ਬਾਬੇ ਐਵੇਂ ਗੱਲਾਂ ਕਰਦਾ। ਜਿਵੇਂ ਜਿਵੇਂ ਕਿਤੇ ਅੰਗਰੇਜ਼ਾਂ ਦੇ ਵਕਤ ਚ ਫਿਰਦਾ ਹੋਵੇ। ਉਨਾ ਸਮਿਆਂ ਨੂੰ ਲੰਘੇ ਕਈ ਸਾਲ ਹੋ ਗਏ ਨੇ ਬਾਬੇ ਪੂਰੇ 40 ਸਾਲ ਹੁਣ ਅਸੀਂ ਆਜ਼ਾਦ ਆਜ਼ਾਦ ਕੁਝ ਯਾਦ ਰਿਹਾ ਤੈਨੂੰ ਪੁਲਿਸ ਦੀ ਬੰਜਾਲ ਨਹੀਂ ਰਹੀ ਮਨਮਾਨੀ ਕਰ ਜਾਏ ਤੈਨੂੰ ਪਤਾ ਨਹੀਂ ਹਾਲੇ ਨੇ ਕਿਹਾ ਤੇਰੇ ਚ ਨਵਾਂ ਖੂਨ ਟੱਪਦਾ ਅਸੀਂ ਵੀ ਇਹ ਵਾਲ ਕੋਈ ਧੁੱਪ ਚ ਸਫੈਦ ਨਹੀਂ ਕੀਤੇ ਹੁਣ ਇਹ ਦੱਸ ਵੀ 2 ਮਹੀਨੇ ਪਹਿਲਾਂ ਕੁੱਟਿਆ ਨਹੀਂ ਸੀ ਸਰਦਾਰ ਨੇ ਜ਼ਗੀਰ ਨੂੰ ਬਣਾਇਆ ਸੀ ਨਾ ਫੀਮ ਦਾ ਕੇਸ ਕਿਹਨੂੰ ਨਹੀਂ ਪਤਾ ਉਹ ਝੂਠਾ ਸੀ ਉਹ ਵੀ ਮਾੜਾ ਜਿਹਾ ਮੂੰਹ ਮਾਰਦਾ ਸੀ ਤੇ ਫਿਰ ਤਾਂ ਤੈਨੂੰ ਪਤਾ ਹੀ ਕੱਖ ਦਾ ਨਹੀਂ ਝਗੜੇ ਤਾਂ ਇਹੋ ਨੇ ਉਦੋਂ ਇਹ ਪਾਰਟੀ ਜਥੇਬੰਦੀ ਕਦੋਂ ਹੋਈ ਸੀ ਉੱਥੋਂ ਤਾਂ ਜਵਾਨਾਂ ਦੇ ਖੂਨ ਉਬਲੇ ਨੇ ਅੱਜ ਉੱਤੇ ਹੱਥ ਪਿਆ ਕੱਲ ਨੂੰ ਕਿਸੇ ਹੋਰ ਤੇ ਟਿਕ ਜਾਣਾ ਸੀ ਨਾਲੇ ਐਤਕੀ ਨੁਹਾਰ ਬਦਲ ਗਈ ਆ ਇਹ ਸਵਾਰਥਾ ਉਹਦੇ ਨਾਲ ਗੱਲ ਵੀ ਨਹੀਂ ਕਰਨੀ ਬਸ ਸਾਰੇ ਕੰਮਾਂ ਦਾ ਬਾਈਕਾਟ ਕਰ ਦੇਣਾ ਨਾ ਕੋਈ ਜ਼ਮੀਨ ਬਾਹੀ ਨਾ ਸਾੰਬੇ ਕੁਝ ਨਹੀਂ ਕਰਨਾ ਅਗਲਾ ਬਾਰੋਂ ਮੰਗਾ ਲੂ ਬੁੜੇ ਦਾ ਹੀ ਰਾਜ ਆ ਬਾਬਿਆਂ ਸਾਰੇ ਪਿੰਡ ਚ ਸੁਭਾਵਾਂ ਬਣ ਗਈਆਂ ਨੇ ਤੇਰਾ ਪਿੰਡ ਤਾਂ ਸਾਰਿਆਂ ਨਾਲੋਂ ਪਿੱਛੇ ਜਾ ਗਿਆ ਇਹ ਤੇ ਕਰਤਾਰ ਨੇ ਵਿੱਚ ਬੈ ਕੇ ਪਿੰਡ ਨੂੰ ਬਚਾ ਲਿਆ ਸਮਝ ਕਿਸੇ ਦੀ ਮਜਾਲ ਨਹੀਂ ਬਾਹਰੋਂ ਕੰਮ ਆ ਜائے ਗੋਣਾ ਵੀ ਆਪਣੇ ਕੰਮ ਸਵਾਰਦੇ ਨੇ ਤੂੰ ਵੇਖੀ ਬੱਬਾ ਬੱਬੇ ਐਤ ਕੀ ਬਣਦਾ ਕੀ ਚੰਗਾ ਚਲ ਛੱਡ ਉਹਨਾਂ ਦੀਆਂ ਗੱਲਾਂ ਬਈ ਆ ਜਿਹੜਾ ਤੂੰ ਕਰਤਾਰ ਦਾ ਨਾਮ ਲਿਆ ਇਹ ਵੀ 파ਟੀ ਚਲਣ ਲਿਆ ਜੇ ਲੜ ਗਿਆ ਫੇਰ ਕੀ ਗਊ ਮਰ ਗਈ 파ਟੀ ਕੋਈ ਮਾੜੀ ਗੱਲ ਤਾਂ ਨਹੀਂ ਕੋਈ ਕੰਜਰਖਾਨੇ ਤਾਂ ਨਹੀਂ ਨਾ ਦੀਵੀਆਂ ਕੱਢਦੀ ਵੇਚਦੀ ਐ ਪਿੰਡ ਨੂੰ ਸੋਧਣ ਦੇਈ ਉਹਨਾਂ ਨੇ ਅਪਰਾਲੇ ਕੀਤੇ ਨੇ ਮੈਂ ਵੀ ਉਹਨਾਂ ਦਾ ਮੈਂਬਰ ਪਿੰਡ ਦੇ ਅੱਡੇ ਤੇ ਬੈਚ ਬਣਾਏ ਨੇ ਬਰਾਂਡੇ ਲਈ ਟੰਪਾਈਆਂ ਪਾਣੀ ਲਈ ਖੇਲ ਬਣਾਈ ਸਕੂਲ ਅਪਗ੍ਰੇਡ ਕਰਾਇਆ ਤੁਹਾਡੇ ਲਈ ਨੇ ਤਖਬਾਰਾ ਆਉਣ ਲੱਗ ਪਈਆਂ ਮਾੜਾ ਕੰਮ ਦਾਸ ਉਹਨਾਂ ਨੇ ਕੀ ਕੀਤਾ ਹੁਣ ਲੋਕਾਂ ਤੋਂ ਟਰੈਕਟਰਾਂ ਲਈ ਸਿਕਿਉਰਟੀਆਂ ਭਰੌਂਦੇ ਨੇ 12 ਦਿਵਾਉਂਦੇ ਨੇ ਤੇ ਵੇਖੀਂ ਅਗਲੇ ਸਾਲ ਦਾਣੇ ਵੀ ਤੁਹਾਡੇ ਘਰੋਂ ਹੀ ਖਰੀਦੇ ਜਾਇਆ ਕਰਨਗੇ ਹੁਣ ਸ਼ਹਿਰ ਜਾਂਦੇ ਹੋ ਅੱਧੇ ਆੜਤੀਆਂ ਦੇ ਅੱਧੇ ਪੱਲੇ ਪੈਂਦੇ ਨੇ ਰਮੀ ਕਣੀ ਦਾ ਡਰ ਇਹ ਤੇ ਕੰਮ ਤੁਹਾਡੇ ਭਲਾ ਚੰਗੇ ਨੇ ਪਰ ਸਰਦਾਰ ਤੇ ਜ਼ਮੀਨਾਂ ਵਾਲੀਆਂ ਗੱਲਾਂ ਆਪਾਂ ਨੂੰ ਚੰਗੀਆਂ ਨਹੀਂ ਲੱਗੀਆਂ ਇਹ ਵੀ ਚੰਗੀਆਂ ਲੱਗਣ ਲੱਗ ਜਾਣਗੀਆਂ ਕੋਚਰ ਸਸਤਾ ਥੋੜਾ ਜਿਹਾ ਕੋਚਰ ਸਸਤਾ ਥੋੜਾ ਜਿਹਾ ਹਾਂ ਤੇ ਫਿਰ ਕਰਤਾਰ ਬਾਰੇ ਤੂੰ ਕੋਈ ਗੱਲ ਨਹੀਂ ਕੀਤੀ ਤੈਨੂੰ ਦੱਸਦਾ ਦਿੱਤਾ ਉਸੇ ਦੇ ਉਪਰਾਲੇ ਨਾਲ ਸਾਰਾ ਕੰਮ ਬਣਿਆ ਆਜ਼ਾਦ ਨੂੰ ਉਹਨੇ ਮੁਰੇ ਲਾਇਆ ਸੀ ਜਿਹੜੇ ਕੰਮ ਮੈਂ ਤੈਨੂੰ ਪਹਿਲਾਂ ਗਿਣਾਏ ਨੇ ਸਾਰੇ ਉਹਦੀ ਦੇਣ ਨੇ ਕਰੇ ਕੀ ਵਿਚਾਰਾ ਬੇਰੋਜ਼ਗਾਰੀ ਨੇ ਮਾਰ ਸੁਟਿਆ ਨਹੀਂ ਤੇ ਦਿਮਾਗ ਇਹੋ ਜਿਹਾ ਬਸ ਗੱਲਾਂ ਛੱਡ ਦੇ ਤੂੰ ਸਭ ਕੁਝ ਭੁੱਲ ਕੇ ਉਹਦਾ ਪੁਜਾਰੀ ਬਣ ਜਾਏ ਕਦੀ ਮਿਲ ਕੇ ਦੇਖੀ ਲੈ ਯਾਦ ਹੀ ਕੀਤਾ ਸੀ ਉਹ ਆਉਂਦਾ ਤੁਰਿਆ ਮਿੱਠੂ ਬਾਣੀਏ ਦੇ ਹੋਕੇ ਨੇ ਦੀ ਅੱਗ ਠੀਕ ਕਰਦਿਆਂ ਦੂਰੋਂ ਆਉਂਦੇ ਕਰਤਾਰ ਵੱਲ ਇਸ਼ਾਰਾ ਕੀਤਾ ਸਾਰਿਆਂ ਦੀਆਂ ਨਿਗਾਹਾਂ ਦੂਰੋਂ ਪੂਣੀ ਵਰਗ ਗਈ ਮੂੰਹ ਆਲੇ ਕਰਤਾਰ ਨੂੰ ਘੋਖਣ ਲੱਗ ਪਈਆਂ ਤੋਰ ਇਸ ਤਰ੍ਹਾਂ ਸੁਸਤ ਹੋ ਗਈ ਸੀ ਇਵੇਂ ਲੱਖਮਣ ਬੋਝ ਧੌਣ ਦੇ ਧਰਿਆ ਹੋਵੇ ਮੀਲਾਂ ਦਾ ਸਫਰ ਕਰਕੇ ਅੰਗ-ਅੰਗ ਟੁੱਟ ਰਿਹਾ ਹੋਵੇ ਸਰੀਰ ਨੇ ਢਾਲ ਹੋਇਆ ਸੀ ਕੁਲਕੇ ਹਟੇ ਇੱਕ ਪਹਿਲਵਾਨ ਵਾਂਗ ਕਰਤਾਰ ਕੋਠੀ ਵਾਲੇ ਸਰਦਾਰ ਦੀ ਕੋਠੀ ਤੋ ਆ ਰਿਹਾ ਸੀ 5000 ਦੀ ਸਮੱਸਿਆ ਉਸ ਅੱਗੇ ਤਾਰਿਆਂ ਵਾਂਗ ਘੁੰਮ ਰਹੀ ਸੀ ਮੱਥੇ ਤੇ ਤਰੇਲੀਆਂ ਦੇ ਫਾਰੇ ਫੁੱਟੇ ਹੋਏ ਸਨ ਇੱਕ ਸੰਕੜੇ ਵਟਾਂ ਵਾਲੀ ਪੈਂਟ ਸੀ ਜਿਹੜੀ ਪਸੀਨੇ ਨਾਲ ਗੱਚ ਹੋ ਗਈ ਸੀ ਉਹਨੂੰ ਇਸ ਤਰ੍ਹਾਂ ਦੀ ਹਾਲਤ ਚ ਵੇਖ ਕੇ ਕਿਸੇ ਬੁਲਾਉਣਾ ਠੀਕ ਨਾ ਸਮਝਿਆ ਆਪਣੇ ਘਰ ਪਹੁੰਚਣ ਲਈ ਕਰਤਾਰ ਨੂੰ ਲਾਜ਼ਮੀ ਸਾਥ 'ਚ ਲੰਘਣਾ ਪੈਂਦਾ ਸੀ ਸਾਥ 'ਚ ਲੰਘਣਾ ਉਹ ਸੱਪਾਂ ਵਾਲੀਆਂ ਖੁੱਡਾਂ ਉੱਪਰੋਂ ਲੰਘਣ ਨਾਲੋਂ ਘੱਟ ਨਹੀਂ ਸੀ ਸਮਝਦਾ ਖੁੰਡਾਂ ਤੇ ਬੈਠੇ ਉਹਦੇ ਹਾਣੀ ਤੇ ਤਾਜਖੇੜ ਦੇ ਬੁੱਢੇ ਉਹਦੇ ਤੇ ਜਦੋਂ ਵਿਅੰਗ ਕੱਸਦੇ ਉਹਨੂੰ ਕੰਬਾ ਛਿੜ ਜਾਂਦਾ ਸਾਥ 'ਚ ਪਹੁੰਚ ਕੇ ਉਹਦੇ ਕਦਮ ਤੇਜ਼ ਹੋ ਗਏ ਨਿਤ ਵਾਂਗ ਫੇਰ ਆਪਣੇ ਤੇ ਚੱਲਦੇ ਵਿਅੰਗ ਉਹਨੂੰ ਸੁਣਾਈ ਦੇਣ ਲੱਗੇ ਕਿਸੇ ਬੁੱਢੇ ਦੇ ਹੌਲੇ ਜਿਹੇ ਕਹੇ ਸ਼ਬਦ ਵੀ ਉਹ ਛੁਪਲੇ ਜਿਹੇ ਉਹਦੇ ਕੰਨੀਆਂ ਆ ਪਏ ਆਜ ਅੱਜ ਕਰਦੇ ਆ ਅੱਜ ਕੱਲ ਦੇ ਪਾੜੇ ਕਿਨੀ ਹਾਲਿਆਂ ਮੁੰਡਾ ਪਿਓ ਨੇ ਪੜਾਇਆ ਮਸਾਂ ਹੱਡ ਰੋਲ ਕੇ ਤਿੰਨ ਕਿਲੇ ਜਮੀਨ ਸਵਾਰੀ ਸੀ ਪਿਓ ਨੇ ਪਿਓ ਦੇ ਸ਼ੇਰ ਨੇ ਸਾਰੀ ਮੁੰਡੇ ਤੇ ਲਾਤੀ ਅਸ਼ਕੇ ਜਾਈਏ ਇਹਨਾਂ ਸੋਰੀ ਅਨੁਸ਼ਾਰ ਨਹੀਂ ਆਉਂਦੀ ਪਤਲੂਨ ਚ ਹੱਥ ਪਾਈ ਫਿਰਦੇ ਆ ਇਹ ਤੋਂ ਪਹਿਲਾਂ ਕਿ ਉਹ ਗਾਂ ਲੰਘਦਾ ਇੱਕ ਹੋਰ ਨੇ ਕਿਹਾ ਪਤਾ ਨਹੀਂ ਚੰਦਰੇ ਨੇ ਕੀ ਪੜਾਈ ਪੜੀ ਹੈ ਸਰਪੰਚ ਦਾ ਮੁੰਡਾ ਸੀ ਆਉਂਦਾ ਹੀ اٹਕ ਗਿਆ ਉਹ ਕੰਨਾਂ ਚ ਤੇਲ ਪਾਈ ਤੁਰਦਾ ਰਿਹਾ ਉਹਦੀ ਹਿੰਮਤ ਨਹੀਂ ਸੀ ਉਹ ਪਿਛਾ ਮੁੜ ਕੇ ਉਹਨਾਂ ਨਾਲ ਅੱਖਾਂ ਮਿਲਾ ਸਕੇ ਉਹਦੀ ਐਮਏ ਤਾਂ ਉਹਨਾਂ ਦੀ ਅਨਪੜਤਾ ਨਾਲੋਂ ਕਿਤੇ ਸਸਤੀ ਸੀ। 20 ਸਾਲਾਂ ਤੋਂ ਉਹਦੇ ਸਾਥੀ ਕੁਝ ਤਾਂ ਕਮਾਉਂਦੇ ਆ ਰਹੇ ਸੀ। ਉਹ ਪੈਸੇ ਪਾਣੀ ਵਾਂਗ ਹੀ ਵਹਾਏ ਗਿਆ ਸੀ। ਆਪਣੇ ਆਪ ਨੂੰ ਵਿਅੰਗ ਦੇ ਯੋਗ ਸਮਝਦਾ ਸੀ। ਲੋਕਾਂ ਦੀਆਂ ਗੱਲਾਂ ਸੱਚ ਸਨ। ਉਹਨੂੰ ਕਿਸੇ ਨਾਲ ਸ਼ਿਕਵਾ ਵੀ ਨਹੀਂ ਸੀ। 5000 ਫੂਕ ਕੇ ਜਿਉ ਲੱਗ ਗਿਆ ਸੀ। ਤਾਂ ਉਸ ਵਿੱਚ ਕੀ ਵੱਡਿੱਤਣ ਸੀ? ਅੱਜ ਲੋਕਾਂ ਦੀਆਂ ਗੱਲਾਂ ਉਹ ਤੋਂ ਸਹਿ ਨਹੀਂ ਸੀ ਹੋਈਆਂ। ਉਹਦਾ ਮਨ ਕਰ ਉੱਠਿਆ ਸੀ ਕਿ ਉਹਨਾਂ ਨੂੰ ਕੇਸਾਂ ਤੋਂ ਫੜ ਕੇ ਪੁੱਛੇ। ਕਰ ਹਾਲੇ ਸਮਾਨੇ ਸੀ ਆਇਆ ਕਰਤਾਰ ਦੇ ਕਦਮ ਹੋਰ ਤੇਜ਼ ਹੋ ਗਏ ਆਪਣੇ ਆਪ ਨੂੰ ਕਢੀਸਦਾ ਉਹ ਘਰ ਜਾ ਲਿਆ ਅੰਗ 6 ਵਾ ਨਿਰਾਸ਼ ਹੋਇਆ ਕਰਤਾਰ ਸਿੱਧਾ ਅੰਦਰਲੀ ਕੋਠੜੀ 'ਚ ਜਾ ਲਿਆ ਨਾ ਆਪਣੀ ਮਾਂ ਨਾਲ ਗੱਲ ਕੀਤੀ ਨਾ ਰੋਟੀ ਖਾਦੀ ਨਾ ਪਾਣੀ ਪੀਤਾ ਖਬਰੇ ਉਹਦਾ ਅੰਦਰ ਮਰ ਕਿਉਂ ਗਿਆ ਸੀ ਸਰਦਾਰ ਦੇ ਸ਼ਬਦ ਬਰਬਰ ਉਹਦੇ ਦਿਮਾਗ 'ਚ ਚੱਕਰ ਲਾਉਂਦੇ ਰਹੇ ਕਿਸੇ ਹੱਦ ਤੱਕ ਉਹਦੀ ਗੱਲ ਠੀਕ ਵੀ ਸੀ 5-4000 ਨਾਲ ਜੇ ਕੰਮ ਬਣ ਜਾਏ ਤਾਂ ਠੋਕਰਾਂ ਨਾਲੋਂ ਤਾਂ ਚੰਗਾ ਸੀ ਉਂਝ ਵੀ ਤੇ ਡੇਢ ਸਾਲ ਤੋਂ ਵਿਹਲਾ ਫਿਰਦਾ ਸੀ ਤੇ ਨਾਲੇ ਇਹ ਤਾਂ ਅੱਜ ਕੱਲ ਦਾ ਰਿਵਾਜ ਹੀ ਬਣ ਗਿਆ ਸੀ ਸਰਦਾਰ ਦੀ 5000 ਦੀ ਸ਼ਰਤਾਂ ਨੂੰ ਵੱਡਾ ਵੱਡਾ ਖਾਣ ਲੱਗੀ ਇਸ ਵਕਤ ਤੇ ਘਰ ਖੋਟਾ ਪੈਸਾ ਤੱਕ ਵੀ ਨਹੀਂ ਸੀ بار-ਬਾਰ ਉਹਦੀ ਨਿਗਾਹ 바ਕੀ ਵਿੱਚ ਦੀ ਕਿੱਲਾ ਜ਼ਮੀਨ ਤੇ ਜਾ ਟਿਕਦੀ ਕਦੇ ਜ਼ਮੀਨ ਨੂੰ ਵੇਚਣ ਬਾਰੇ ਸੋਚਦੇ ਹੀ ਉਹਨੂੰ ਕੰਬਾ ਛਿੜ ਜਾਂਦਾ ਕਦੇ ਸੱਥ 'ਚ ਬੈਠੇ ਬੁੱਢਿਆਂ ਦੇ ਨਹਰੇ ਉੱਚੀ ਹੋ ਕੇ ਉਹਦੇ ਕੰਨਾਂ 'ਚ ਗੂੰਜਦੇ ਕਦੇ ਪਿਛਲੀ ਵਾਰ ਜ਼ਮੀਨ ਗਹਿਣੇ ਪਾਉਣ ਦਾ ਦ੍ਰਿਸ਼ ਅੱਗੇ ਤਾਜ਼ਾ ਹੋ ਜਾਂਦਾ ਕਿਸੇ ਨੂੰ ਆਪਣੀ ਚੀਜ਼ ਦੇ ਹੱਕ ਦੇਣ ਸਮੇਂ ਕੀ ਗੁਜ਼ਰਦੀ ਹੈ ਉਹ ਤੋਂ ਭੁੱਲਿਆ ਨਹੀਂ ਸੀ ਪਿੰਡ ਚੋਂ ਦੀ ਸਾਂਝ ਮੁੱਕ ਜਾਣੀ ਸੀ ਆਪਣੇ ਖੇਤ ਕਿਸੇ ਹੋਰ ਦੇ ਹੋ ਜਾਣੇ ਸਨ ਉਹਨਾਂ 'ਚ ਉਹ ਇੱਕ ਦੜਾਉਂਦਾ ਨਹੀਂ ਜਾ ਸਕੇਗਾ ਭਾਂ ਭਾਂ ਦੇ ਵਿਚਾਰ ਦਿਮਾਗ 'ਚ ਉਛਲ ਰਹੇ ਸਨ ਜਿਨ੍ਹਾਂ ਤੋਂ ਡਰਦਾ ਉਹ ਗਰਮੀ ਦੇ ਮਹੀਨੇ ਕੰਬੀ ਜਾ ਰਿਹਾ ਸੀ ਬਚਦੀ ਕਿੱਲਾ ਜ਼ਮੀਨ ਨਾਲੋਂ ਕਰਤਾਰ ਕਿਸੇ ਹਾਲਤ ਵਿੱਚ ਵੀ ਜੁਦਾ ਨਹੀਂ ਸੀ ਹੋ ਸਕਦਾ ਸੰਕੜੇ ਯਾਦਾਂ ਸਨ ਜਿਹੜੀਆਂ ਕਰਤਾਰ ਨੂੰ ਜ਼ਮੀਨ ਨਾਲ ਬੰਨੀ ਬੈਠੀਆਂ ਸਨ ਨਾਉ ਨਾ ਯਾਦਾਂ ਨੂੰ ਭੁਲਾ ਸਕਦਾ ਸੀ ਤੇ ਨਾਉ ਜ਼ਮੀਨ ਦਾ ਖਹਿੜਾ ਹੀ ਛੱਡ ਸਕਦਾ ਸੀ। ਖੇਤ ਦੇ ਹਰ ਕਿਣਕੇ ਨਾਲ ਤੇ ਦਰਖਤ ਦੇ ਹਰੇ ਪੱਤੇ ਨਾਲ ਉਹਦੀਆਂ ਕਹਾਣੀਆਂ ਜੁੜੀਆਂ ਸਨ। ਬਾਰ-ਬਾਰ ਉਹਨਾਂ ਨਾਲ ਲਿਪਟ ਕੇ ਆਪਣੀ ਜ਼ਿੰਦਗੀ ਦੀ ਹੋਂਦ ਨੂੰ ਮੰਨਦਾ ਸੀ। ਆਪਣੇ ਪਿਓ ਦੀਆਂ ਆਵਾਜ਼ਾਂ, ਬੜਦਾਂ ਨੂੰ ਗਾਲਾਂ, ਧੁੱਪਾਂ ਤੇ ਧਰਤੀ ਨੂੰ ਦਿੱਤੀਆਂ ਅਸੀਸਾਂ ਹਾਲੇ ਵੀ ਉਹਨੂੰ ਆਪਣੇ ਖੇਤ ਤੋਂ ਸੁਣਾਈ ਦਿੰਦੀਆਂ ਸੀ। ਕੌਣ ਆਪਣੀਆਂ ਯਾਦਾਂ ਨਾਲ ਵਿਛੜ ਸਕਦਾ ਸੀ ਤੇ ਫਿਰ ਉਸ ਸਮੇਂ ਜਦੋਂ ਉਹ ਸਾਥ ਛੱਡ ਗਿਆ ਉਹ ਜਿਸ ਜ਼ਮੀਨ ਤੇ ਪੂਰਾ ਟੁਕੜੇ ਉਹਨੇ ਬਚਪਨ گزارਿਆ ਜਵਾਨੀ ਦੀਆਂ ਅੰਗੜਾਈਆਂ ਭੰਨੀਆਂ ਤੇ ਫਿਰ ਆਪਣੀਆਂ ਪਿਆਰ ਪਿੰਗਾਂ ਝੂਟੀਆਂ ਉਸ ਯਾਦਾਂ ਭਰੀ ਰੰਗੀਲੀ ਧਰਤੀ ਨੂੰ ਕਿਸੇ ਹੋਰ ਦੇ ਹੱਥੋਂ ਥਮਾ ਦੇਵੇ ਕਿਸ ਤਰ੍ਹਾਂ ਹਲੇ ਪਿੱਛੇ ਦੇ ਵੀ ਕੀ ਜ਼ਮੀਨ ਤੇ ਘਾਈ ਉਹਦੇ ਹਿਰਦੇ ਦੇ ਅੱਲੇ ਸਨ ਫਿਰ ਹੋਰ ਉਹਨਾਂ ਜ਼ਮੀਨ ਜ਼ਖਮਾਂ ਨੂੰ ਕਿਸ ਤਰ੍ਹਾਂ ਉਹ ਛੇੜ ਸਕਦਾ ਸੀ ਹੁਣ ਤੇ ਜ਼ਮੀਨ ਦਾ ਇੱਕੋ ਕਿਲਾ ਬਾਕੀ ਰਹਿ ਗਿਆ ਸੀ ਦੋ ਕਿੱਲੇ ਦਾ ਪਹਿਲੇ ਹੀ ਉਹਦੇ ਪਿਓ ਨੇ ਆਪਣੇ ਹੱਥੀ ਕਰਤਾਰ ਦੀ ਪੜ੍ਹਾਈ ਤੇ ਟੱਬਰ ਦੀ ਰੋਟੀ ਲਈ ਭੇਟ ਚੜਾ ਦਿੱਤੇ ਸੀ ਜਿਸ ਦਿਨ ਉਹਦੇ ਪਿਓ ਨੇ ਜ਼ਮੀਨ ਦੀ ਰਜਿਸਟਰੀ ਕਰਾਈ ਸੀ ਕਰਤਾਰ ਨੂੰ ਵੀ ਵਿੱਚੇ ਬੁਲਾਇਆ ਸੀ ਸਟੈਂਪ ਤੇ ਅੰਗੂਠਾ ਲਾਉਂਦੇ ਸਮੇਂ ਉਹਦੇ ਪਿਓ ਦੀਆਂ ਅੱਖਾਂ 'ਚ ਜੋ ਅਥਰੂ ਟਪਕੇ ਸੀ ਉਹਨਾਂ ਦੀ ਯਾਦ ਕਰਤਾਰ ਨੂੰ ਅੱਜ ਤੱਕ ਟੁੰਬਦੀ ਆ ਰਹੀ ਸੀ ਕਿੰਨੇ ਹੀ ਦਿਨ ਉਹਦਾ ਪਿਓ ਆਥਣ ਔਗਣ ਭਰੇ ਗਲੇ ਨਾਲ ਆਖੇ ਬਿਨਾਂ ਨਹੀਂ ਸੀ ਰਹਿ ਸਕਿਆ ਲੈ ਅੱਜ ਸਾਲਾ ਇਹ ਨੰਗ ਮੈਥੋ ਜ਼ਮੀਨ ਖਰੀਦਣ ਵਾਲਾ ਬਣ ਗਿਆ ਅਹਲੇ ਕੱਲੀ ਮੇਰੀਆਂ ਜ਼ਮੀਨਾਂ 'ਚ ਰੁੜਦਾ ਹੁੰਦਾ ਸੀ ਸੁਰਤ ਨਹੀਂ ਸੀ ਹੁੰਦੀ ਜਗ ਜਹਾਨ ਦੀ ਜ਼ਮੀਨ 'ਚ ਕੰਮ ਕਰਨ ਵਾਲਾ ਕਾਮਾ ਲੈ ਬੋਲ ਮਾਲਕ ਬਣ ਬੈਠਿਆ ਉਹ ਮਾਲਕਾ ਕਿਸੇ ਤੇ ਵਕਤ ਨਾ ਪਾਈ ਤੇ ਜੇ ਸਮਾਂ ਬੁਖਾਉਣਾ ਹੀ ਹੋਵੇ ਤਾਂ ਘੱਟੋ ਘੱਟ ਦੇਹ ਤਾਂ ਨਿਕਾਰੀ ਕਰਿਆ ਕਰੀ ਤੇ ਫਿਰ ਉਹ ਆਪਣੀ ਬਿਮਾਰੀ ਤੇ ਝੂਰਨ ਲੱਗ ਪੈਂਦਾ ਕਦੇ ਭੁੱਖੀਆਂ ਅੱਖਾਂ ਨਾਲ ਕਰਤਾਰ ਦੇ ਚਿਹਰੇ ਤੇ ਤੱਕਦਾ ਜਿਸ ਤੇ ਉਹਨੇ ਆਸ ਟਿਕਾਈ ਹੋਈ ਸੀ ਆਖਦੇ ਹੁੰਦੇ ਆ ਹਨੇਰੇ ਵਿੱਚੋਂ ਹੀ ਸਵੇਰੇ ਦੀ ਹੋਂਦ ਹੁੰਦੀ ਹੈ ਖਬਰੇ ਇਸ ਲਈ ਸਾਡੇ ਤੇ ਨੇਰ ਛਾ ਗਿਆ ਹੋਇਆ ਕਿ ਕਰਤਾਰ ਸਵੇਰੇ ਨੂੰ ਲਿਆਉਣ ਚ ਰੁੱਝਿਆ ਹੋਇਆ ਹੈ ਕਦੇ ਕਦੇ ਉਪਰੀ ਜੀ ਬੁਲੀ ਚ ਕਰਤਾਰ ਦੀ ਮਾਂ ਨੂੰ ਆਖਦਾ ਖਬਰੇ ਆਪਣਾ ਦਿਲ ਟਿਕਣ ਟਿਕਾਉਣ ਲਈ ਜਾਂ ਕਰਤਾਰ ਦੀ ਮਾਂ ਦਾ ਤੇ ਜਾਂ ਫਿਰ ਕਰਤਾਰ ਦਾ ਹੀ ਉਹਦੇ ਦਿਲ ਅੰਦਰ ਜਿਵੇਂ ਉਹ ਅਟੱਲ ਵਿਸ਼ਵਾਸੀ ਉਹਦਾ ਪੁੱਤਰ ਸੈਂਕੜੇ ਵਿੱਗੇ ਜ਼ਮੀਨ ਖਰੀਦੇਗਾ ਟਰੈਕਟਰਾਂ ਦੀ ਹੁੱਕਰ ਪਿਆ ਕਰੇਗੇ ਹਰ ਹਾੜੀ ਸੋਣੀ ਦਾਣਿਆਂ ਨਾਲ ਕੋਠੇ ਭਰਿਆ ਕਰਨਗੇ ਸ਼ਾਇਦ ਇਹੋ ਵਿਚਾਰ ਸੀ ਜਿਹੜਾ ਉਹਨੂੰ ਆਪਣੀ ਜ਼ਮੀਨ ਤੱਕ ਵੇਚਣ ਲਈ ਮਜਬੂਰ ਕਰ ਰਿਹਾ ਸੀ ਸਿਰਫ ਇੱਕ ਕਰਤਾਰ ਦੀ ਪੜਾਈ ਲਈ ਤੇ ਜਿਸ ਨੇ ਉਹਦਾ ਪਿਓ ਆਪਣੀ ਸਦਰ ਨੂੰ ਅਧੂਰੀਆਂ ਲੈ ਕੇ ਕਰਤਾਰ ਤੋਂ ਸਦਾ ਲਈ ਵਿਦਾਇਗੀ ਲੈ ਗਿਆ ਸੀ ਉਹਦੇ ਅਥਰੂਆਂ ਦੀ ਝਾਕੀ ਗਲੇ ਭਰੇ ਸ਼ਬਦ ਤੇ ਭਵਿਕ ਬਾਣੀਆਂ ਗੱਡੇ ਦੀ ਲੀਹ ਵਾਂਗ ਉਹਦੇ ਦਿਮਾਗ 'ਚ ਪਕੇਰੇ ਹੁੰਦੇ ਚੱਲੇ ਜਾ ਰਹੇ ਸਨ ਜਦੋਂ ਵੀ ਕਦੇ ਮਜਬੂਰਨ ਉਹਨੂੰ ਆਪਣੀ ਜ਼ਮੀਨ ਵੱਲ ਚੱਕਰ ਮਾਰਨਾ ਪੈਂਦਾ ਆਪਣੇ ਪਿਓ ਦੀਆਂ ਸਦਰਾਂ ਦਾ ਖੂਨ ਹੋਇਆ ਵੇਖ ਕੇ ਉਹਦੀਆਂ ਭੂਬਾਂ ਨਿਕਲ ਜਾਂਦੀਆਂ ਹਟਕੋਰੇ ਬਾਰ-ਬਾਰ ਥਮਾਈ ਤੋਂ ਥੰਮਣਾ ਹੁੰਦੇ ਇਸ ਕਰਕੇ ਕਿੰਨੇ ਦਿਨਾਂ ਤੋਂ ਉਧਰ ਵੱਲ ਚੱਕਰ ਨਹੀਂ ਸੀ ਮਾਰ ਸਕਿਆ ਪਿੰਡ ਵਿੱਚ ਤਾਂ ਉਹਨਾਂ ਆਪਣੇ ਕੋਠੇ ਹੁਣੇ ਛੱਤੇ ਸਨ ਪਹਿਲਾਂ ਤਾਂ ਇਸੇ ਖੇਤ ਵਿੱਚ ਹੀ ਉਹਨਾਂ ਦਾ ਵਸੇਬਾ ਸੀ ਇੱਕ ਨੁੱਕਰ 'ਚ ਡੰਗਰਾਂ ਲਈ ਬਰਾਂਡਾ ਸੀ ਦੂਜੀ ਨੁੱਕਰ 'ਚ ਦੋ ਕੱਚੇ ਕੋਠੇ ਸਨ ਜਿਨ੍ਹਾਂ 'ਚੋਂ ਇੱਕ ਵਿੱਚ ਕਰਤਾਰ ਨੇ ਆਪਣੀ ਆਪਣੇ ਜੀਵਨ ਦਾ ਪਹਿਲਾ ਸਾਹ ਲਿਆ ਸੀ ਉਹਨੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਸੀ ਤਾਂ ਇਹਨਾਂ ਹੀ ਖੇਤਾਂ ਵਿੱਚ ਪੂਰਾ ਵੱਡਾ ਹੋਇਆ ਤਾਂ ਰਿੜ ਰਿੜ ਕੇ ਕਦੇ ਕਿਸੇ ਬੂਟੇ ਚੋਲ ਜ ਜਾਂਦਾ ਕਦੇ ਕਿਸੇ ਦਰਖਤ ਦੇ ਮੁੱਢ ਨੂੰ ਫੜ ਕੇ ਖੜਾ ਓਕੇ 50 50 ਵਾਰ ਡਿੱਗਣਾ ਕਦੇ ਰੋਣਾ ਕਦੇ ਹੱਸਣਾ ਫਿਰ ਦੌੜ ਕੇ ਆਪਣੀ ਮਾਂ ਦੀ ਛਾਤੀ ਨਾਲ ਚੰਬੜ ਕੇ ਦੁੱਧ ਪੀਣ ਦੀਆਂ ਕਟਣਾ ਵਾ ਛੁੱਪਲੇ ਜੇ ਉਹਨੂੰ ਕਦੇ ਯਾਦ ਆ ਜਾਂਦੀਆਂ ਸੀ ਤੇ ਜਦੋਂ ਮਾੜਾ ਮੋਟਾ ਭੱਜਣ ਲੱਗਿਆ ਤਾਂ ਇਸ ਧਰਤੀ ਨੇ ਉਹਨੂੰ ਬੱਚਿਆਂ ਵਾਂਗ ਸੰਭ ਸੰ ਵੱਡਾ ਕੀਤਾ ਕਿੰਨੀ ਵਾਰ ਆਪਣੇ ਪਿਓ ਦੀ ਰੀਸੇ ਉਹਨੇ ਇਹਨਾਂ ਖੇਤਾਂ ਦੀ ਧਰਤੀ ਦੇ ਸਿਰ ਨੂੰ ਖੁਰਪਿਆਂ ਨਾਲ ਪਾੜਿਆ ਸੀ ਬੇਨਾ ਮਤਲਬੇ ਪਰ ਕਦੇ ਨੇ ਫਿਰ ਵੀ ਗਿਲਾ ਨਹੀਂ ਸੀ ਕੀਤਾ ਸੋ ਕੋ ਜਦੋਂ ਵੀ ਕਦੇ ਠੋਕਰ ਖਾ ਕੇ ਉਹਨੇ ਗਿਰਨਾ ਤਾਂ ਇਹਨੇ ਕੂਲੇ ਰੇਤੇ ਚੋਂ ਨੂੰ ਸਮੇਟ ਲੈਣਾ ਕਿੰਨੀ ਵਾਰ ਕਰਤਾਰ ਨੇ ਇਹਨਾਂ ਖੇਤਾਂ ਦੀ ਮਿੱਟੀ ਵਿੱਚ ਇਸ਼ਨਾਨ ਕੀਤੇ ਸਨ ਆਪਣੇ ਪਿੰਡੇ ਤੇ ਸਾਬਣ ਵਾਂਗ ਇਹਦਾ ਰੇਤਾ ਮਲਿਆ ਸੀ ਹੱਥਾਂ ਪੈਰਾਂ ਤੇ ਜੰਮੇ ਹੋਏ ਮਣਮਣ ਰੇਤੇ ਦੇ ਦ੍ਰਿਸ਼ ਹੁਣ ਵੀ ਉਹਦੀਆਂ ਅੱਖਾਂ ਅੱਗੇ ਆਖੜੋਂਦੇ ਇਹ ਦ੍ਰਿਸ਼ ਜਿਵੇਂ ਉਹਨੂੰ ਕੂ 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 ਕਾਖਦੇ ਹੁਣ ਸਾਥੋਂ ਵਿਛੜ ਕੇ ਚੈਨ ਕਿਵੇਂ ਪਾਏਗਾ ਉਹਨੂੰ ਵੀ ਇਕਾਂਸੀ ਉਹਨੂੰ ਚੈਨ ਨਹੀਂ ਮਿਲੇਗਾ ਉਹ ਤਾਂ ਮੁੜ ਬਚਪਨ ਦੀਆਂ ਦਹਲਿਜ਼ਾਂ ਲਈ ਤੰਗਦਾ ਸੀ ਤੇ ਹੁਣ ਉਹਨਾਂ ਯਾਦਾਂ ਨਾਲੋਂ ਟੁੱਟੇਗਾ ਵੀ ਤਾਂ ਕਿਵੇਂ ਸਕੂਲੋਂ ਡਰ ਕੇ ਸ਼ੰਕੜੇਵਾਰ ਕਰਤਾਰ ਨੇ ਇਨ੍ਹਾਂ ਹੀ ਖੇਤਾਂ ਦੀ ਸ਼ਰਨ ਲਈ ਸੀ ਤੇ ਸਕੂਲ 'ਚ ਪੈਣ ਵਾਲੀ ਮਾਰ ਤੋਂ ਬਚ ਕੇ ਨਾ ਖੇਤਾਂ 'ਚ ਲੱਗੇ ਦਰਖਤਾਂ ਦੀ ਛਾਂ ਹੇਠਾਂ ਰੱਜ ਕੇ ਸੁੱਤਾ ਸੀ ਸਕੂਲ 'ਚ ਕਿਸੇ ਨਾਲ ਲੜਨਾ ਇੱਕ ਦੋ ਫੱਟੀਆਂ ਜੜਨੀਆਂ ਤੇ ਬਸ ਤਾਂ ਗੱਲ 'ਚ ਪਾ ਕੇ ਘਰ ਵੱਲ ਨੱਟ ਪੈਣਾ ਪਰ ਜਿਉਂ ਹੀ ਖੇਤ ਨਜ਼ਰੀ ਪੈਂਦੇ ਪਿਓ ਦਾ ਡਰ ਪੈ ਜਾਣਾ ਉਹਨੇ ਛੁਪਲੇ ਜਿਹਾ ਬਾੜ ਤੱਪ ਕੇ ਖੇਤ ਦੇ ਪਰਲੇ ਸਿਰੇ ਤੇ ਲੱਗੀ ਟਾਲੀ ਹੀੜ ਜਾ ਬਠਣਾ ਬਸ ਤਾਂ ਸਿਰ ਥੱਲੇ ਫੱਟੀ ਖੇਲ ਵਿੱਚ ਤੇ ਆਪ ਗਰਮੀਆਂ ਦੇ ਦੁਪਹਿਰੇ ਸੁੱਤਿਆਂ ਢਾਲ ਛੱਡਣੇ ਖਬਰੇ ਕਿਉਂ ਉਦੋਂ ਇੰਨਾ ਲੜਾਕਾ ਤੇ ਬੇਫਿਕਰ ਸੀ ਅੱਜ ਤੇ ਫਿਕਰਾਂ ਦੇ ਭਾਰ ਹਿੱਟ ਦੱਬਿਆ ਜਾ ਰਿਹਾ ਸੀ ਇੱਕ ਲੱਦੇ ਹੋਏ ਖੋਤੇ ਵਾਂਗ ਇੱਕ ਦੋ ਦਿਨ ਇੱਕ ਦੋ ਦਿਨ ਖੇਤ ਵਿੱਚ ਦਰਖਤਾਂ ਹੈਠਾਂ ਫਸਲਾਂ ਵਿੱਚ ਹੀ ਗੁਜ਼ਾਰ ਆਉਣਾ ਜਾਂ ਕਿਸੇ ਨਾ ਕਿਸੇ ਬਹਾਨੇ ਘਰ ਰਹਿ ਜਾਣਾ ਤੇ ਜਦੋਂ ਤੀਜੇ ਚੌਥੇ ਦਿਨ ਸਕੂਲ ਜਾਣਾ ਤਾਂ ਲੜਾਈ ਦੀ ਗੱਲ ਆਈ ਗਈ ਹੋ ਗਈ ਹੁੰਦੀ। ਇੱਕ ਵਾਰ ਸਕੂਲ 'ਚ ਮਾਸਟਰਾਂ ਦਰਖਤ ਲਿਆ ਕੇ ਲਾਏ। ਕਰਤਾਰ ਨੇ ਸਕੂਲ 'ਚ ਦਰਖਤ ਲਜਾਣ ਦੀ ਥਾਂ ਆਪਣੇ ਖੇਤ ਨੂੰ ਹੀ ਬਾਗ ਬਣਾਉਣਾ ਸ਼ੁਰੂ ਕਰਤਾ ਸੀ। ਨਿੱਤੀ ਕਿਸੇ ਨਾ ਕਿਸੇ ਥਾਂ ਟੋਆ-ਫੋਟਾ ਸੁੱਟਣਾ, ਸਾਰਾ-ਸਾਰਾ ਦਿਨ ਆਲੇ-ਦੋਲੇ ਤੋਂ ਬੂਟੇ ਪੱਟਦੇ ਫਿਰਨਾ, ਕਿਸੇ ਬੰਨੇ ਉਹਨੇ ਖੋਦ ਲਿਆਉਂਦਾ ਕਿਸੇ ਪਾਸਿਓਂ ਬੋਰਡ। ਇੱਕ-ਦੋ ਵਾਰੀ ਉਹਨੇ ਸਕੂਲ ਦੇ ਦਰਖਤਾਂ ਤੇ ਵੀ ਜਾ ਡਾਕਾ ਮਾਰਿਆ ਸੀ। ਦਿਨਾਂ 'ਚ ਉਹਨੇ ਥਾਂ-ਥਾਂ ਦਰਖਤ ਹੀ ਦਰਖਤ ਕਰਤੇ। ਦੈਨ ਟੂ ਪੰਜਾਹ ਪੰਜਾਹ ਵਾਰ ਉਹਨਾਂ ਦੁਆਲੇ ਚੱਕਰ ਲਾਉਣੇ ਕਿਸੇ ਦੁਆਲੇ ਬਾੜ ਕਰ ਦੇਣੀ ਕਿਸੇ ਦੁਆਲੇ ਗਮਲਾ ਬਣਾ ਦਿੱਤਾ ਕਿਸੇ ਚ ਬਾਲਟੀ ਪਾਣੀ ਦੀ ਲਿਆ ਸੁਟੀ ਸਾਰਾ ਸਾਰਾ ਦਿਨ ਇਹਨਾਂ ਦੁਆਲੇ ਘੁੰਮਣ ਤੋਂ ਬਿਨਾਂ ਉਹ ਕੋਈ ਕੰਮ ਹੀ ਨਹੀਂ ਸੀ ਰਿਹਾ ਤੇ ਅੱਜ ਉਹਦੇ ਦਰਖਤ ਜਦੋਂ ਜਵਾਨੀਆਂ ਮਾਣ ਰਹੇ ਸੀ ਤਾਂ ਕਿਵੇਂ ਉਹਨਾਂ ਨੂੰ ਕਿਸੇ ਦੇ ਹਵਾਲੇ ਕਰ ਆਵੇ ਉਹਦੇ ਹੱਥਾਂ 'ਚ ਪਏ ਛਾਲੇ ਤਾਂ ਹਾਲੇ ਵੀ ਉਹਨੂੰ ਟਸਕ ਦੇ ਮਾਲੂਮ ਹੁੰਦੇ ਸੀ ਕਿੰਨੇ ਕਿੰਨੇ ਦਿਨ ਪਹਿਲਾਂ ਸਕੂਲਾਂ 'ਚ ਹੋਣ ਵਾਲੀਆਂ ਛੁੱਟੀਆਂ ਨੂੰ ਢੀਕਦਾ ਰਹਿੰਦਾ ਉਹਦੇ ਦਿਲ 'ਚ ਇੱਕ ਸੱਦਰ ਜੀ ਹੁੰਦੀ ਸੀ। ਸਕੂਲ 'ਚ ਪੈਣ ਵਾਲੀ ਮਾਰ ਤੋਂ ਬਚ ਕੇ ਆਪਣੇ ਖੇਤਾਂ ਦੇ ਖੁੱਲੇ ਦਾਮਨਾ ਵਿੱਚ ਚੌਂਕੜੀਆਂ ਭਰ ਸਕੇ। ਜਦੋਂ ਸਕੂਲ ਬੰਦ ਹੋ ਜਾਂਦੇ ਆਪਣੀ ਛੋਟ ਫੱਟੀ ਤੇ ਬਸਤੇ ਨੂੰ ਚੁੱਕ ਕੇ ਪਰਛੱਤੀ ਤੇ ਸੁੱਟ ਦਿੰਦਾ ਤੇ ਅਗਲੇ 2 ਮਹੀਨੇ ਬਾਅਦ ਹੀ ਉਹਨਾਂ ਨੂੰ ਮੋੜ ਦੀ ਯਾਦ ਆਉਂਦੀ। ਉਹਨੇ ਦਿਨ ਹੀ ਸਵੇਰੇ ਉੱਠਣਾ, ਡੰਗਰ ਖੋਲਣੇ, ਬਾਹਰ ਨਿਕਲ ਤੁਰਨਾ, ਕਦੇ-ਕਦੇ ਖੁੱਲੀ ਐਸ਼ ਨੂੰ ਵੇਖ ਕੇ ਉਹ ਸੋਚਦਾ ਕੀ ਲੈਣਾ ਪੜ ਕੇ ਐਵੇਂ ਮਾਸਟਰਾਂ ਦੇ ਡੰਡੇ ਖਾਈ ਜੋ। ਜਿੰਨਾ ਮਜ਼ਾ ਡੰਗਰ ਚਾਰ ਕੇ ਉਹਨਾਂ ਨਾਲ ਲੜਾ ਕੇ ਹੁੰਦਾ ਹੈ ਉਹਨਾਂ ਇਹਨਾਂ ਕਿਤਾਬਾਂ ਚ ਕਿਤੇ ਦੋ ਸਾਥੀ ਨਾਲ ਹੋਣੇ ਖੇਡਣ ਲਈ ਕੋਡੀਆਂ ਦੀ ਜੇਬ ਭਰ ਲੈਣੀ ਗਲਾਂ ਚ ਰੋਟੀਆਂ ਵਾਲੀਆਂ ਫੋਟਲੀਆਂ ਪਾ ਲੈਣੀਆਂ ਇੱਕ ਹੱਥ ਚ ਪਾਣੀ ਖੱਤਰ ਡੱਬਾ ਤੇ ਦੂਜੇ ਹੱਥ ਸੇ ਡਾਂਗ ਫੜ ਕੇ ਸਵੇਰੇ ਨਿਕਲ ਜਾਓ ਜੇ ਜਦੋਂ ਚਾਹੋ ਘਰ ਵੜ ਨਾ ਕਿਸੇ ਟੱਲੀ ਮਾਰਨੀ ਨਾ ਕਿਸੇ ਲਾਲ ਪੀਲੀਆਂ ਅੱਖਾਂ ਵਿਖਾਉਣੀਆਂ ਨੇ ਕਦੇ ਮੱਝ ਦੀ ਪਿੱਠ ਤੇ ਬੈਠ ਗਏ ਕਦੇ ਕਿਸੇ ਕੱਟੇ ਪਿੱਛੇ ਦੌੜ ਪਏ ਕਦੇ ਕਿਸੇ ਕੱਟੀ ਦੇ ਸਿੰਘਾਂ ਨੂੰ ਚੰਬੜ ਗਏ ਦੁਪਹਿਰੀ ਮੱਝਾਂ ਟੋਬੇ ਚ ਜਾਵਾੜੀਆਂ ਆਪ ਨੂੰ ਘੁਰਤੇ ਲੱਗੇ ਨੇ ਮਹਿਠਾਂ ਬੈਠ ਕੇ ਰੋਟੀਆਂ ਝੰਮਣ ਲਾ ਬੈਠ ਜਾਣਾ ਕੱਪੜੇ ਲਾ ਕੇ ਟੋਬੇ ਚ ਜਾਵੜਨਾ ਨਾਲੇ ਕੁੱਦ ਦੇ ਫਿਰਨਾ ਨਾਲੇ ਮੱਝਾਂ ਨੂੰ ਨਹਾਉਂਦੇ ਫਿਰਨਾ ਕਦੇ ਮੱਝ ਦੀ ਪੂਛ ਫੜ ਕੇ ਚੁੱਭੀ ਮਾਰਨੀ ਕਦੇ ਸਿਰ ਤੇ ਬੈਠ ਸਿੰਘਾਂ ਨੂੰ ਫੜ ਕੇ ਦੂਜੀ ਨੁੱਕਰ ਚ ਜਾ ਪਹੁੰਚਣਾ ਸ਼ਰਤਾਂ ਲਾ ਲੈਣੀਆਂ ਤੇ ਮ제 ਲੁੱਟਣੇ ਫਿਰ ਨਿਕਲਣਾ ਤੇ ਕੌਡੀਆਂ ਖੇਡਣ ਬੈਠ ਜਾਣਾ ਕਦੇ ਘਾਟੂਆਂ ਪਿੱਛੇ ਬਾਂਦਰਾ ਵਾਂਗ ਨਿੰਮ ਤੇ ਟਪੂਸੀਆਂ ਮਾਰਨ ਬੈ ਜਾਣ। ਕਿਸੇ ਨਾ ਕਿਸੇ ਗੱਲ ਤੇ ਖੈਬੜ ਪੈਂਦੇ। ਇੱਕ ਦੋ ਗਾਲਾਂ ਦੁਪੜਾਂੋਂ ਕੱਢਦੇ, ਅਜੀਬ ਜਿਵਤਾਨੇ ਮਿਹਣੇ ਮਾਰ ਜਾਂਦੇ ਤੇ ਫਿਰ ਝਟਕੂ ਬਾਦੀ ਮਨ ਮਨਾਈ ਹੋ ਜਾਂਦੀ। ਸ਼ਾਮਾਂ ਉੱਥੇ ਢਾਲ ਕੇ ਪਛੂਟੋਂ ਵਿੱਚੋਂ ਕੱਢਣੇ ਤੇ ਪਿੱਠਾਂ ਤੇ ਬੈਠ ਕੇ ਖੇਤਾਂ ਮਲਤੁਰ ਪੈਣਾ। ਥਾਂ ਥਾਂ ਕਾਹ ਚ ਮੂੰਹ ਮਾਰਦੇ ਪਸ਼ੂਆਂ ਨੂੰ ਕੋਠਿਆਂ ਚ ਲਿਆਵਾੜਨਾ। ਸੂਰਜ ਦੀ ਟਿੱਕੀ ਨਾਲ ਨਿਕਲਣਾ ਤੇ ਡੁੱਬਦੀ ਨਾਲ ਘਰੇ ਵੜਨਾ। ਉਹਦਾ ਰੋਜ਼ ਦਾ ਨਿਯਮ ਬੜਿਆ ਰਹਿਣਾ। ਖਬਰੇ ਕਿਉਂ ਉਹਨੂੰ ਪਹਿਲ ਪੜਨ ਨਾਲ ਉਹ ਇਹਨਾਂ ਗੱਲਾਂ 'ਚ ਸਵਾਦ ਜ਼ਿਆਦਾ ਹੁੰਦਾ ਸੀ। ਕਦੇ-ਕਦੇ ਉਹ ਆਪਣੇ ਕੋਲ ਜ਼ਿੱਦੀ ਵੀ ਬਣ ਕੇ ਰਹਿ ਜਾਂਦਾ। ਉਮੈਂਦਾ ਵੀ ਕਿਹੜਾ ਪੜਦਾ, ਜੀਤਾ ਵੀ ਮੱਝਾਂ ਚਾਰਦਾ, ਨਿੰਦਾ ਵੀ। ਮੈਂ ਵੀ ਹੁਣ ਪੜਨ ਜਾਂਦਾ। ਮੈਂ ਵੀ ਨਹੀਂ ਹੁਣ ਪੜਨ ਜਾਂਦਾ। ਹੈ ਬਾਪੂ, ਮੈਂ ਵੀ ਡੰਗਰੀ ਚਾਰ ਲਿਆਇਆ ਕਰੋ। ਤੇ ਕਦੇ-ਕਦੇ ਉਹਦਾ ਕੰਮ ਵੇਖ ਕੇ ਉਹਦਾ ਪਿਓ ਵੀ ਹਾਂ ਮਾਰ ਦਿੰਦਾ। ਪਤਾ ਨਹੀਂ ਫਿਰ ਰਾਤੋਂ-ਰਾਤ ਉਹਦੇ ਮਨ 'ਚ ਕੀ ਆਉਂਦਾ, ਉਹ ਅਗਲੇ ਹੀ ਦਿਨ ਉਹਦਾ ਕੰਨ ਫੜ ਕੇ ਉਠਾ ਦਿੰਦਾ। ਸਿੱਧਾ ਸਕੂਲ ਦੇ ਰਾਹੀਂ ਪਾ ਆਉਂਦਾ। ਉਹਨੇ ਦਿਨ ਹੀ ਸਵੇਰੇ ਉੱਠ ਕੇ ਸਕੂਲ ਜਾਣਾ ਵੀ ਉਹਨੂੰ ਜ਼ਹਿਰ ਵਰਗਾ ਲੱਗਦਾ ਸੀ। ਇੱਕ ਦੋ ਸਾਲਾਂ ਚੋਂ ਉਹਨੂੰ ਅਜਿਹਾ ਭੁੱਸ ਪਿਆ ਕਿ ਰੋਕਿਆ ਵੀ ਨਾ ਰੁਕਦਾ। ਨਾ ਕਦੇ ਸਕੂਲੋਂ ਭੱਜਣਾ, ਨਾ ਕੰਮੋਂ ਟਾਲਣਾ ਤੇ ਨਾ ਕਦੇ ਬਸਤੇ ਨੂੰ ਪਰਛਤੀ ਤੇ ਟੰਗਣਾ। ਆਪਣੇ ਬਾਪੂ ਨੂੰ ਵੀ ਉਹਨੇ ਕਦੇ ਸਕੂਲੋਂ ਹਟਣ ਲਈ ਮੋੜਨੀ ਸੀ ਆਖਿਆ। ਖਬਰ ਇਹ ਇਸ ਕਰਕੇ ਉਹਨੂੰ ਕੁੱਟਣ ਵਾਲੇ ਮਾਸਟਰ ਬਦਲ ਗਏ ਸਨ। ਤੇ ਨਵੀਂ ਆਈ ਇੱਕ ਮਾਸਟਰਾਨੀ ਨੇ ਉਹਨੂੰ ਬਹੁਤ ਕੁਝ ਸਿਖਾ ਦਿੱਤਾ ਸੀ। ਉਹਦੀ ਮਿਠਾਸ ਉਹਨੂੰ ਬੜੀ ਪਸੰਦ ਆਈ ਸੀ। ਤੇ ਉਹਨੇ ਹਰ ਰੋਜ਼ ਉਹਦੀ ਕੁਰਸੀ ਦੀਆਂ ਲੱਤਾਂ ਕੋਲ ਬੈਠਣ ਦੀ ਆਦਤ ਬਣਾ ਲਈ ਸੀ। ਉਹਦੀ ਮਿੱਠੀ ਆਵਾਜ਼ ਸੁਣਨ ਲਈ ਉਹ ਕਈ ਕਈ ਬਹਾਨੇ ਘੜਨ ਲੱਗ ਪਿਆ ਸੀ। ਕਦੇ-ਕਦਾਈਂ ਜੇ ਉਹ ਮਾੜੀ-ਮੁੱਟੀ ਧੂਕੜੀ ਇਸ ਵੀ ਕਰ ਦਿੰਦੀ ਫਿਰ ਵੀ ਉਹਨੂੰ ਭੋਰਾ ਗੁੱਸਾ ਨਾ ਆਉਂਦਾ। ਸਗੋਂ ਇੱਕ ਅਜੀਬ ਜਿਹੀ ਖੁਸ਼ੀ ਉਹਦੇ ਰੋਮ-ਰੋਮ 'ਚ ਦੌੜਨ ਲੱਗ ਜਾਂਦੀ। ਸਭ ਤੋਂ ਜ਼ਿਆਦਾ ਉਹਨੂੰ ਆਪਣੀ ਮਾਸਟਰਨੀ ਵਿੱਚੋਂ ਆਉਂਦੀ ਖੁਸ਼ਬੂ ਪਸੰਦ ਸੀ। ਕਈ ਵਾਰ ਉਹ ਸੋਚਦਾ ਮੇਰੇ ਵਿੱਚੋਂ, ਮੇਰੀ ਮਾਂ ਵਿੱਚੋਂ, ਮੇਰੇ ਪਿਓ ਵਿੱਚੋਂ ਅਜਿਹੀ ਖੁਸ਼ਬੂ ਕਿਉਂ ਨਹੀਂ ਆਉਂਦੀ? ਪਰ ਕੋਈ ਤਸੱਲੀ ਬਖਸ਼ ਜਵਾਬ ਉਲੱਭ ਨਹੀਂ ਸੀ ਸਕਿਆ ਉਸੇ ਉਸਤੇ ਕਿਸੇ ਪਾਸੋਂ ਪੁੱਛਣ ਦੀ ਹਿੰਮਤ ਵੀ ਉਹ ਨਹੀਂ ਦੇਣੀ ਨਹੀਂ ਸੀ ਨਵੀਆਂ-ਨਵੀਆਂ ਕਹਾਣੀਆਂ ਚੰਗੀਆਂ ਗੱਲਾਂ ਸੁਣ ਕੇ ਉਹਦਾ ਮਨ ਪੜਾਈ 'ਚ ਗੁੱਡ ਚੱਲਿਆ ਸੀ ਪਹਿਲੇ ਕਈ ਮਹੀਨੇ ਚੋਂ ਨਹੀਂ ਉੜਾੜਾ ਤੋਂ ਸਿਵਾਏ ਨਵਾਂ ਪੜਿਆ ਹੀ ਨਹੀਂ ਸੀ ਹੁਣ ਨਿਤ ਨਵੀਆਂ ਕਵਿਤਾਵਾਂ ਸੀ ਕਵੀ ਕਹਾਣੀਆਂ ਸੀ ਚਿੜੀਆਂ ਕਾਵਾਂ ਦੀਆਂ ਗੱਲਾਂ ਸਕੂਲੋਂ ਆਨ ਸਾਰੀ ਆਪਣਾ ਬਸਤਾ ਤੇ ਫੱਟੀ ਚੁੱਕ ਕੇ ਟਾਲੀ ਹੇਠ ਬੈਠ ਜਾਣਾ ਕਦੇ ਕਿਤਾਬਾਂ ਕੱਢ ਕੇ ਪੜਨ ਬਹਿ ਗਿਆ ਕਦੇ ਸਵਾਲ ਕੱਢਣ ਡੈ ਗਿਆ ਕਦੇ ਕਦੇ ਮਾਸਟਰਨੀ ਦੀ ਮਧੁਰ ਆਵਾਜ਼ 'ਚ ਕਈਆਂ ਕਵਿਤਾਵਾਂ ਗੁੰਗੁਣਾਉਣ ਲੱਗ ਜਾਂਦਾ ਫਿਰ ਭੱਜਿਆ ਭੱਜਿਆ ਆਪਣੀ ਮਾਂ ਨੂੰ ਸੁਣਾਉਣ ਨੱਠ ਪੈਂਦਾ ਕਦੇ ਹਲ ਚਲਾਉਂਦੇ ਪਿਓ ਕੋਲ ਜਾ ਬੈਠਦਾ ਉਹਦੀ ਮਾਂ ਨਾਲੋਂ ਪਿਓ ਨੂੰ ਜ਼ਿਆਦਾ ਖੁਸ਼ੀ ਹੁੰਦੀ ਸੀ ਸ਼ਾਇਦ ਇਸ ਕਰਕੇ ਕਿ ਉਹਦੀਆਂ ਆਸਾਂ ਨੂੰ ਫੁੱਲ ਚੜਨ ਲੱਗੇ ਸੀ ਉਹਦਾ ਕਰਤਾਰ ਪੜਨੇ ਪੈ ਗਿਆ ਸੀ ਘੁੱਟ ਘੁੱਟ ਕੇ ਉਹ ਬਾਹਰ ਬਾਹਰ ਉਹਨੂੰ ਆਪਣੀ ਛਾਤੀ ਨਾਲ ਲਾਉਂਦਾ ਜਿਵੇਂ ਇਸ ਤਰ੍ਹਾਂ ਨੂੰ ਇੱਕ ਅਜੀਬ ਜੀ ਖੁਸ਼ੀ ਮਿਲਦੀ ਹੋਵੇ ਕਰਤਾਰ ਵੀ ਗੁਲਾਬ ਵਾਂਗ ਖਿੜ ਜਾਂਦਾ ਉਸੇ ਤਰ੍ਹਾਂ ਰਟੇ ਰਟਾਈ ਸ਼ਬਦ ਉਹ ਆਪਣੀ ਮਾਸਟਰ ਨੇ ਇਹਨੂੰ ਜਾ ਸੁਣਾਉਂਦਾ ਤੇ ਮਾਸਟਰ ਨੇ ਦਾ ਇੱਕ ਸ਼ਬਦ ਸ਼ਾਬਾਸ਼ ਅਨੁਸਾਰ ਇਹਨਾਂ ਲਈ ਇੱਕ ਅਜੀਬ ਖੁਸ਼ੀ ਪ੍ਰਦਾਨ ਕਰਦਾ ਇਹੋ ਇੱਕ ਸ਼ਬਦ ਸੀ ਜਿਸ ਲਈ ਕਈ ਘੰਟੇ ਉਹ ਆਪਣੇ ਖੇਤ ਵਿੱਚ ਲੱਗੀਆਂ ਟਾਲੀਆਂ ਬਤਾਉਂਦਾ ਸੀ ਤੇ ਫਿਰ ਭੱਜਿਆ ਭੱਜਿਆ ਆਪਣੇ ਬਾਪ ਕੋਲ ਜਾਂਦਾ ਬਾਪੂ ਭੈਣ ਜੀ ਨੇ ਅੱਜ ਫੇਰ ਮੈਨੂੰ ਸ਼ਾਬਾਸ਼ ਦਿੱਤੀ ਐ ਹੋਰ ਕਿਸੇ ਨੂੰ ਨਹੀਂ ਦਿੱਤੀ ਅੱਛਾ ਆਹੋ ਬਾਪੂ ਆਂਦੀ ਸੀ ਤੂੰ ਮਨੀਟਰ ਬਣ ਗਿਆ ਹੁਣ ਮੈਂ ਸਵਾਲ ਕਢਾਇਆ ਕਰੂੰਗਾ ਤੇ ਨਾਲੇ ਸਬਕ ਸੁਣਿਆ ਕਰੂੰ ਸਭ ਦੇ ਉਹਦੀ ਗੋਦ 'ਚ ਬੈਠ ਕੇ ਫੇਰ ਆਖਦਾ ਬੱਲੇ ਓਏ ਮੇਰੇ ਆ ਸ਼ੇਰਾ ਉਹ ਅਗਲੀ ਵਾਰ ਨਰਮਾ ਵੇਚ ਕੇ ਨਵੇਂ ਲੀੜੇ ਸੁਵਾ ਦੂੰ ਫੇਰ ਤੈਨੂੰ ਬਸ ਪੜ ਪੜ ਲਾ ਦੇ ਗੋਡੀਆਂ ਆਪਣੇ ਕੰਮ ਨੂੰ ਵਿੱਚੇ ਛੱਡ ਕੇ ਉਹਦਾ ਪਿਓ ਆਖਦਾ ਵੇਖੀ ਬਾਪੂ ਇਹ ਭੈਣ ਜੀ ਬੜੀ ਚੰਗੀ ਇਸੇ ਨੂੰ ਵੀ ਨਹੀਂ ਕੁੱਟਦੀ ਉਹ ਪਹਿਲਾਂ ਵਾਲਾ ਮਾਸਟਰ ਤਾਂ ਮੈਨੂੰ ਬੜਾ ਕੁੱਟਦਾ ਹੁੰਦਾ ਸੀ ਕੋਈ ਨਹੀਂ ਤੂੰ ਪੜਿਆ ਕਰ ਜੀ ਲਾ ਕੇ ਫੇਰ ਕਾਨੂੰ ਕੋਈ ਕੁਝ ਮਾਸਟਰ ਤੇ ਕੁੱਟਦੇ ਹੀ ਹੁੰਦੇ ਨੇ ਗੁੱਸਾ ਨਹੀਂ ਕਰੀਦਾ ਹੁੰਦਾ ਨਿੱਕੀਆਂ ਨਿੱਕੀਆਂ ਗੱਲਾਂ ਨੇ ਉਹਦਾ ਪੜਾਈ 'ਚ ਇੰਟਰਸਟ ਬਣਾ ਦਿੱਤਾ ਸੀ ਟਾਲੀ ਉਹਦਾ ਸਕੂਲ ਬਣ ਗਿਆ ਸੀ ਕੁਝ ਦਿਨ ਤੋਂ ਤਾਂ ਪਰਲੇ ਕੋਠਿਆਂ ਵਿੱਚੋਂ ਮਿੰਦੋ ਵੀ ਉਹਦੇ ਕੋਲ ਆ ਬੈੰਦੀ ਸੀ ਉਹਨੂੰ ਪੜਾ ਕੇ ਮਾਸਟਰ ਵਾਂਗ ਰੋਪ ਝਾੜ ਕੇ ਤੇ ਆਪਣੀਆਂ ਗੱਲਾਂ ਮਨਾ ਕੇ ਉਹਨੂੰ ਇੱਕ ਅਜੀਬ ਜਿਹੀ ਖੁਸ਼ੀ ਪ੍ਰਾਪਤ ਹੁੰਦੀ ਸੀ ਹੁਣ ਭਾਵੇਂ ਡੇਢ ਸਾਲ ਤੋਂ ਵਿਹਲਾ ਫਿਰਨ ਕਰਕੇ ਆਪਣੀ ਪੜ੍ਹਾਈ ਉਹਨੂੰ ਇੱਕ ਬੋਝ ਤੇ ਬੇਮਤਲਬੀ ਜੀ ਲੱਗਦੀ ਸੀ ਪਰ ਅੱਜ ਤੱਕ ਉਹ ਸਮਝਦਾ ਆ ਰਿਹਾ ਸੀ ਇਹਨਾਂ ਟਾਲੀਆਂ ਹੇਠ ਬੈਠ ਕੇ ਪੜ੍ਹਨ ਦਾ ਸਮਾਂ ਹੀ ਉਸ ਲਈ ਇੱਕ ਸੁਨਹਿਰੀ ਸਮਾਂ ਸੀ ਜੇ ਖੇਤ ਨਾ ਹੁੰਦੇ ਤਾਂ ਟਾਲੀਆਂ ਨਾ ਹੁੰਦੀਆਂ ਜੇ ਟਾਲੀਆਂ ਨਾ ਹੁੰਦੀਆਂ ਤਾਂ ਉਹਦੇ ਜੀਵਨ 'ਚ ਪੜ੍ਹਾਈ ਨਾ ਹੁੰਦੀ ਤੇ ਉਹ ਵੀ ਆਪਣੇ ਹਾਨੀਆਂ ਵਾਂਗ ਡੰਗਰੀ ਹੋਣਾ ਸੀ ਦਿਨਾਂ 'ਚ ਉਹ ਪੱਕੀਆਂ ਪੌੜੀਆਂ ਵਾਂਗ ਕਲਾਸਾਂ ਚੜਨ ਲੱਗਾ ਕਦੇ ਕਿਸੇ ਨਾਲੋਂ ਘੱਟ ਵੀ ਨਹੀਂ ਸੀ ਰਿਹਾ ਆਮ ਮੁੰਡਿਆਂ ਵਾਂਗ ਪਾਸ ਹੋਈ ਗਿਆ ਸੀ ਉਦੇ ਖੇਤ ਉਹਦੀ ਪੜ੍ਹਾਈ ਦੇ ਵੱਡੇ ਸਹਾਇਕ ਸਾਰੀਆਂ ਗਰਮੀਆਂ ਕਿਤਾਬਾਂ ਚੁੱਕੀ ਨਿਮਾ ਹੇਟ ਬਤਾਉਂਦਾ ਸੀ ਤੇ ਸਾਰਾ ਸਾਰਾ ਸਿਆਲ ਖਾਲਾਂ ਦੀਆਂ ਵਟਾਂ ਤੇ ਬਸ ਪੜਨ ਤੋਂ ਸਿਵਾ ਜਿੱਥੇ ਉਹਨੂੰ ਕੋਈ ਕੰਮ ਹੀ ਨਹੀਂ ਸੀ ਰਿਹਾ ਖੇਤਾਂ ਚੋਂ ਦਾ ਪਿਓ ਵੀ ਉਹਨੂੰ ਕੰਮ ਨਹੀਂ ਸੀ ਕਰ ਦਿੰਦਾ ਤੂੰ ਪੜ ਲਿਆ ਕਰ ਬਸ ਦੱਬ ਕੇ ਆਪੇ ਕੰਮ ਐ ਕਰੂ ਤੂੰ ਨਾ ਫਿਕਰ ਕਰਿਆ ਕਰ ਅਕਸਰ ਉਹ ਆਖਦਾ ਉਹਦੇ ਸਾਥੀ ਉਹਤੇ ਚਿੜਦੇ ਸੀ ਉਹ ਤਾਂ ਸਾਰੀ ਸਾਰੀ ਰਾਤ ਜਗਰਾਤੇ ਕੱਟਦੇ ਸੀ ਤਾਂ ਵੀ ਮਸਾਂ ਹੀ ਪਾਸ ਹੁੰਦੇ ਪਰ ਉਹ ਸੀ ਕਿ ਸਾਰੀਆਂ ਸਾਰੀਆਂ ਰਾਤਾਂ ਜਾਂ ਤੱਕ ਕਬੱਡੀਆਂ ਖੇਡ ਕੇ ਫਿਰ ਸਿਆਲਾਂ 'ਚ ਧੋਣੀਆਂ ਦਵਾਲੇ ਗਵਾ ਦਿੰਦਾ ਸੀ। ਕਰਤਾਰ ਨੂੰ ਵੀ ਕੋਈ ਅਜਿਹਾ ਦਿਨ ਯਾਦ ਨਹੀਂ ਸੀ ਜਦੋਂ ਉਹ ਰਾਤ ਦੇ 10 ਤੋਂ ਵੱਧ ਪੜਿਆ ਹੋਵੇ। ਉੰਜ ਨੂੰ ਕੋਈ ਕੰਮ ਵੀ ਨਹੀਂ ਸੀ ਲੱਗਦਾ। ਜਿਹੜਾ 10-10 12-12 ਵਜੇ ਤੱਕ ਬੈਠੇ ਸਾਰਾ ਕੰਮ ਤੇ ਉਹਦਾ ਨੱਕੀ ਹੋਇਆ ਰਹਿੰਦਾ। ਜਵਾਨੀ ਜਦੋਂ ਉਹਦੇ ਤੇ ਰੰਗ ਖੜਾਨ ਲੱਗੀ ਤਾਂ ਉਹਨੇ ਆਪਣੇ ਖੇਤ ਦੇ ਲਹਿੰਦੇ ਵਾਲੇ ਇੱਕ ਕਿਾਰੇ ਜਿਨ੍ਹਾਂ ਥਾਂ ਖਾਲੀ ਛਡਾ ਕੇ ਪੋਲਾ ਕਰ ਲਿਆ। ਚੰਨ ਦੀ ਚਾਨਣੀ ਚ ਸਾਰੀ ਸਾਰੀ ਰਾਤ ਕਬੱਡੀ ਦੇ ਅਖਾੜੇ ਭਖਦੇ ਰਹਿੰਦੇ। ਸ਼ਰਤਾਂ ਲੱਗਦੀਆਂ ਜ਼ੋਰ ਅਜ਼ਮਾਈ ਹੁੰਦੀ। ਕਦੇ-ਕਦੇ ਕਰਤਾਰ ਦੀ ਖੇਡ ਚ ਉਹਨੂੰ ਇੱਕ ਅਜੀਬ ਖੁਸ਼ੀ ਮਿਲਦੀ ਸੀ। ਸੌਰੀਏ, ਜਵਾਨੀ ਚ ਸਭ ਕੁਝ ਹੋ ਜਾਂਦਾ ਹੁੰਦਾ। ਅੰਦਰ ਕੀੜਿਆਂ ਵਾਲੇ ਕੁੱਤੇ ਵਾਂਗ ਇਹ ਕਿਵੇਂ ਪੈਜੋ। ਕਦੇ-ਕਦੇ ਜੇ ਉਹਦੀ ਮਾਂ ਕਰਤਾਰ ਦੀ ਸ਼ਿਕਾਇਤ ਕਰਦੀ ਤੋ ਆਖਦਾ ਆ। ਖਬਰੇ ਆਪਣੀ ਜਵਾਨੀ ਦੀਆਂ ਘਟਨਾਵਾਂ ਨੂੰ ਯਾਦ ਕਰਕੇ ਉਹ ਕਰਤਾਰ ਨੂੰ ਨਹੀਂ ਸੀ ਵਰਜਦਾ। ਉਹਨੇ ਖਬਰੇ ਕੀ ਰੰਗ ਖਲਾਈ ਹੋਏ ਨੇ ਆਪਣੇ ਸਮਿਆਂ ਚ। ਕੁਝ ਵੀ ਹੋਵੇ ਆਪਣੇ ਸਕੂਲ ਦਾ ਵਕਤ ਉਹਨੇ ਐਸ਼ੋਇਸ਼ਰਤ ਵਿੱਚ گزارਿਆ ਤੇ ਇਸ ਐਸ਼ ਦਾ ਵੱਡਾ ਆਧਾਰ ਉਹਦੇ ਖੇਤ ਸਨ ਜਿਨ੍ਹਾਂ ਸਵਰਗ ਸਵਰਗਾ ਵਾਂਗ ਉਹਨੂੰ ਜੀਵਨ ਮੰਨਣ ਦਾ ਸੁਭਾਗ ਪ੍ਰਦਾਨ ਕੀਤਾ ਸੀ ਇਨ੍ਹਾਂ ਹੀ ਖੇਤਾਂ 'ਚ ਉਹਦੇ ਪਿਆਰ ਦੀਆਂ ਕਹਾਣੀਆਂ ਸ਼ੁਰੂ ਹੋਈਆਂ ਸੀ ਆਪਣੇ ਨਾਲ ਪੜਦੀ ਮਿੰਦੋ ਨੂੰ ਆਪਣੀਆਂ ਕਿਤਾਬਾਂ ਨਾਲੋਂ ਜ਼ਿਆਦਾ ਪੜਨ ਲੱਗ ਪਿਆ ਸੀ ਉਹ ਖੁਸ਼ ਸੀ ਉਹਦਾ ਸਾਥ ਉਹਨੂੰ ਪ੍ਰਾਪਤ ਸੀ ਉਹਨਾਂ ਦੀ ਪੜ੍ਹਾਈ ਪਿਆਰ 'ਚ ਵਟ ਗਈ ਸੀ ਲੋਕੀ ਆਖਦੇ ਉਹ ਜਵਾਨ ਹੋ ਗਏ ਲੀ ਉਹਨਾਂ ਨੂੰ ਵੀ ਲੱਗਦਾ ਸੱਚਮੁੱਚ ਇਹ ਜਵਾਨ ਹੋ ਗਏ ਨੇ ਅੱਗੇ ਨਾਲੋਂ ਢੇਰ ਗੱਲਾਂ ਉਹਨਾਂ 'ਚ ਪਹਿਲੀਆਂ ਵਰਗੀਆਂ ਨਹੀਂ ਸੀ ਰਹੀਆਂ ਅੱਗੇ ਵਾਂਗੂ ਕਦੇ ਗੁੱਥਮ-ਗੁੱਥਾ ਵੀ ਨਹੀਂ ਸੀ ਹੋਇਆ ਨਾ ਹੀ ਇੱਕ ਦੂਜੇ ਨੂੰ ਚੜਾਉਣ ਤੇ ਮਾਰਪੋਣ ਦੀ ਭਾਵਨਾ ਉਹਨਾਂ 'ਚ ਰਹੀ ਸੀ ਹੁਣ ਤੇ ਹਰ ਇੱਕ ਗੱਲ ਵਿੱਚੋਂ ਉਹਨਾਂ ਦੇ ਦਿਲੋਂ ਅਜੀਬ-ਜੀਬ ਕਿਸਮ ਦੀਆਂ ਖੁਸ਼ੀਆਂ ਉਮੜੋ-ਮੜ ਪੈਂਦੀਆਂ ਕਿਸੇ ਗੱਲ 'ਚ ਸਫਲਤਾ ਇੱਕ ਨੂੰ ਮਿਲੀ ਹੁੰਦੀ ਦੂਜਾ ਵੱਧ ਚੜ ਕੇ ਖੁਸ਼ ਹੁੰਦਾ ਤੇ ਤਾਰੀਫਾਂ ਦੇ ਪੁੱਲ ਬੰਨ੍ਹਦਾ ਜੇ ਕਦੇ ਮਿੰਦੋ ਕੋਈ ਮਾਰ ਮਾਰ ਲੈਂਦੀ ਉਹਨੂੰ ਲੱਗਦਾ ਇਹ ਸਭ ਉਸ ਲਈ ਹੋ ਰਿਹਾ ਹੋਵੇ ਤੇ ਜਦੋਂ ਕੋਈ ਸਫਲਤਾ ਉਹਦੇ ਪੈਰ ਚੁੰਮਦੀ ਉਹ ਭੱਜ ਕੇ ਸਾਰੀ ਗੱਲ ਜਿੰਨਾ ਚਿਰ ਮਿੰਦੋ ਦੇ ਕੰਨ ਚ ਨਾ ਪਾ ਦਿੰਦਾ ਉਹਨੂੰ ਚੈਨ ਨਹੀਂ ਸੀ ਆਉਂਦਾ ਜੇ ਕਿਸੇ ਸਬਜੈਕਟ ਵਿੱਚੋਂ ਉਹਦੇ ਨੰਬਰ ਚੰਗੇ ਆ ਗਏ ਤੇ ਕਰਤਾਰ ਘਟ ਗਿਆ ਤਾਂ ਉਹਨੂੰ ਭੋਰਾ ਗਮ ਨਾ ਹੁੰਦਾ ਖਬਰੇ ਇਸ ਕਰਕੇ ਕਿ ਆਪਣੇ ਵਿੱਚ ਤੇ ਮਿੰਦੋ ਚ ਉਹਨੂੰ ਕੋਈ ਫਰਕ ਨਜ਼ਰ ਨਹੀਂ ਸੀ ਆਉਂਦਾ ਸ਼ਾਇਦ ਇਸੇ ਦਾ ਨਾਮ ਪਿਆਰ ਸੀ ਤੇ ਜਦੋਂ ਚੰਦਰੀ ਜਵਾਨੀ ਘੁੰਮ ਘੁਮਾ ਕੇ ਉਹਨਾਂ ਤੇ ਚੜੀ ਤੱਕ ਕੈਦੀਆਂ ਵਾਂਗ ਪਾਬੰਦੀਆਂ ਲੱਗ ਗਈਆਂ ਹੁਣ ਉਹਨਾਂ ਨੂੰ ਪੜ੍ਹਨ ਵੀ ਨਹੀਂ ਦਿੱਤਾ ਜਾਂਦਾ ਇਕੱਠੇ ਸਕੂਲ ਵੀ ਕਦੇ ਕਦਾਈਂ ਤਾਂ ਬੋਲਦਿਆਂ ਵੇਖ ਕੇ ਵੀ ਉਹਨਾਂ ਦੇ ਘਰ ਦੇ ਛਿੜ ਜਾਂਦੇ ਇਕੱਠੇ ਖੇਡਦੇ ਖੇਡਦੇ ਇੱਕੋ ਥਾਂਵੇਂ ਸੌਂਦੇ ਸੌਂਦੇ ਹੁਣ ਉਹ ਅੱਡ ਹੋ ਗਏ ਸੀ ਉਹਨਾਂ ਵਿੱਚ ਘਰ ਜਵਾਨੀ ਦੀ ਕੰਧ ਖੜੀ ਕਰ ਦਿੱਤੀ ਗਈ ਸੀ ਕਰਤਾਰ ਨੂੰ ਯਕੀਨ ਹੋ ਗਿਆ ਸੀ ਉਹਦੇ ਘਰਦਿਆਂ ਵਾਂਗ ਉਹਦੇ ਤੇ ਵੀ ਘਰਦਿਆਂ ਨੇ ਮਣੀ ਮਾਰਨੇ ਸ਼ੁਰੂ ਕਰਤੇ ਹੋਣਗੇ ਤੁਸੀਂ ਹੁਣ ਕੋਈ ਨਿਆਣੇ ਨਹੀਂ ਲੋਕ ਸੋਸੋ ਗੱਲਾਂ ਬਣਾ ਲੈਂਦੇ ਨੇ ਕਿਸੇ ਦੀ ਜ਼ੁਬਾਨ ਥੋੜਾ ਕੋਈ ਫੜ ਫੜ ਲਓ ਇਸ ਤਰ੍ਹਾਂ ਆਪ ਖੁਦਰਾਪਨ ਚੰਗਾ ਨਹੀਂ ਲੱਗਦਾ ਪਾਬੰਦੀਆਂ ਦਾ ਉਹਨਾਂ ਤੇ ਭੋਰਾ ਅਸਰ ਨਾ ਹੋਇਆ ਖੁੱਲੇ ਆਮ ਨਹੀਂ ਸੀ ਮਿਲ ਸਕਦੇ ਨਾ ਸੇ ਕਦੇ ਸਕੂਲ ਚ ਵਕਤ ਕੱਢ ਲੈਣਾ ਤੇ ਕਦੇ ਰਾਹ ਜਾਂਦੇ ਜਾਂਦੇ ਤੇ ਜੇ ਕਦੇ ਕਿਤੇ ਨਾ ਹੀ ਮੌਕਾ ਮਿਲਦਾ ਤਾਂ ਖੜੀਆਂ ਫਸਲਾਂ ਦੇ ਵਿਚਾਲੇ ਬਣਿਆ ਅਖਾੜੇ ਵਿੱਚ ਜਿੱਥੇ ਇੱਕ ਨੌਜਵਾਨ ਬੋਰਡ ਵੀ ਲੱਗਾ ਸੀ ਉਹਨਾਂ ਨੂੰ ਕੋਈ ਰੋਕ ਹੀ ਨਹੀਂ ਸਕਦਾ ਭੋਰਾ ਦਿਨ ਛिपਿਆ ਨਹੀਂ ਤੇ ਮਿੰਦੋ ਨੇ ਕਿਸੇ ਨਾ ਕਿਸੇ ਬਹਾਨੇ ਉਦੇ ਖੇਤਾਂ ਵੱਲ ਚੱਕਰ ਮਾਰਿਆ ਨਹੀਂ ਤੇ ਕਰਤਾਰ ਤਾਂ ਪਹਿਲਾਂ ਹੀ ਉਹਦੀ ਉਡੀਕ 'ਚ ਸੀਟੀਆਂ ਮਾਰਦਾ ਇੱਧਰ ਉੱਧਰ ਘੁੰਮਦਾ ਰਹਿੰਦਾ ਸੀ ਅੱਧਾ ਘੰਟਾ ਉਹਦੇ ਆਉਣ ਤੋਂ ਪਹਿਲਾਂ ਹੀ ਉੱਥੇ ਚੱਕਰ ਕੱਢਣ ਲਈ ਮਜਬੂਰ ਹੋ ਜਾਂਦਾ ਉਹਦੇ ਦਿਲ 'ਚ ਤਰਾਂਟਾਂ ਜਿਹੀਆਂ ਉੱਠਦੀਆਂ ਸੀ ਜਿਨ੍ਹਾਂ ਨੂੰ ਉਹ ਕਾਬੂ ਨਹੀਂ ਸੀ ਕਰ ਸਕਦਾ ਇਕੱਠੇ ਮਿਲ ਬੈਠਣਾ ਢੇਰ ਸਾਰੀਆਂ ਗੱਲਾਂ ਕਰ ਸੁਟਣੀਆਂ ਕਿਸੇ ਗੱਲਾਂ ਤੇ ਕਦੇ ਕਿਸੇ ਗੱਲਾਂ ਤਦੇ ਕਰਤਾਰ ਦਾ ਦਿਲ ਉਸ ਤੋਂ ਪਰਾਂ ਹਟਣ ਨੂੰ ਨਹੀਂ ਸੀ ਕਰਦਾ ਉਹਦੇ ਹਾਸੇ ਉਹਦੀਆਂ ਗੱਲਾਂ ਤੇ ਨਿੱਕੇ ਨਿੱਕੇ ਮਟਕਾਂ ਤੇ ਪਿਆਰ ਦੇ ਰੋਸੇ ਸਾਰਾ ਸਾਰਾ ਦਿਨ ਉਹਨੂੰ ਟੁੰਬਦੇ ਰਹਿੰਦੇ ਸਾਰਾ ਸਾਰਾ ਦਿਨ ਕਿਸੇ ਅਜੀਬ ਬੋਲੀ ਵਿੱਚ ਤੇ ਅਜੀਬ ਢੰਗ ਨਾਲ ਉਹਦਾ ਸਵਾਗਤ ਕਰਨ ਲਈ ਸੋਚਦਾ ਪਤਾ ਨਹੀਂ ਉਹਦੀ ਤਕਣੀ 'ਚ ਕੀ ਸ਼ਕਤੀ ਸੀ ਮੰਦਿਰ ਦੇ ਅੱਗੇ ਆਉਂਦਿਆਂ ਸਭ ਕੁਝ ਭੁੱਲ ਜਾਂਦਾ ਰੱਟੇ ਰਟਾਈ ਸ਼ਬਦ ਕਿਧਰੇ ਰੁੜ ਖੋੜ ਕੇ ਰਹਿ ਜਾਂਦੇ ਕਦੇ-ਕਦੇ ਉਹਦਾ ਦਿਲ ਕਰਦਾ ਉਹ ਮੰਦਿਰ ਨੂੰ ਲੈ ਕੇ ਦੂਰ ਨਾ ਚ ਜਾਏ ਜਿੱਥੇ ਕਦੀ ਵੀ ਕੋਈ ਉਹਨਾਂ ਨੂੰ ਜੁਦਾ ਨਾ ਕਰ ਸਕੇ ਸਾਰਾ ਦਿਨ ਉਹ ਪਿਆਰ ਦੀ ਦੁਨੀਆ 'ਚ ਖੋਇਆ ਰਹੇ ਮਿੰਦੋ ਤੇ ਚੰਦਰੀ ਜਵਾਨੀ ਨੇ ਰੰਗ ਵੀ ਐ ਡਰੇ ਹੀ ਖੰਡਾਏ ਸੀ। ਉਹਦੇ ਅੰਗ ਗੰਗ ਜਿ ਇੱਕ ਨਸ਼ਾ ਸੀ, ਆਕਰਸ਼ਨ ਸੀ ਤੇ ਦਿਲ ਮੂ ਲੈਣ ਵਾਲੇ ਅੰਦਾਜ਼। ਉਹਦੇ ਲੰਬੇ ਤੇ ਕਾਲੇ ਸ਼ਾਹ ਵਾਲ ਵੀਖ ਕੇ ਉਹ ਬਾਬਰਾ ਹੋ ਜਾਂਦਾ। ਕਿੰਨਾ ਕਿੰਨਾ ਚੇਰ ਆਪਣੀਆਂ ਉਂਗਲਾਂ ਨਾਲ ਉਹਨਾਂ ਰੇਸ਼ਮੀ ਲਟਾਂ 'ਚ ਤੰਗੀ ਕਰਦਾ ਰਹਿੰਦਾ। ਮਿੰਦੋ ਦੀਆਂ ਅੱਖਾਂ ਵੀ ਕਰੇਲੀਆਂ ਆਗੀਆਂ ਸੀ। ਕਦੇ ਭੁੱਲ ਭਲੇਖੇ ਭੋਰਾ ਸੁਰਮਾ ਪਾ ਲੈਂਦੀ। ਉਹ ਸੋਚਣਾ ਸਮਰਥ ਹੋ ਜਾਂਦਾ ਕਿਵੇਂ ਉਹਨੂੰ ਸਮਝਾਏ ਮਿੰਦੋ ਉਹਨੂੰ ਕਿੰਨੀ ਸੋਹਣੀ ਲੱਗਦੀ ਹੈ। ਹੱਥਾਂ ਦੀਆਂ ਉਂਗਲਾਂਾਂ 'ਚ ਗੁਲਾਬ ਦੀਆਂ ਪੱਤੀਆਂ ਵਰਗੀ ਕੋਮਲਤਾ ਸੀ। ਬਾਰ-ਬਾਰ ਉਹਦੇ ਹੋਠ ਮਿੰਦੋ ਦੇ ਕੋਮਲ ਹੱਥਾਂ ਨੂੰ ਚੁੰਮਣ ਲਈ ਤੜਪਉਂਦੀ। ਮਿੰਦੋ ਦਾ ਉਸ ਸਡਾਲ ਸਰੀਰ ਵੇਖ-ਵੇਖੋ ਆਪਣੇ ਆਪ 'ਚ ਖੋ ਜਾਂਦਾ। ਕਿੰਨਾ-ਕਿੰਨਾ ਚਿਹਰੇ ਇਸ ਅਨੋਖੀ ਸੁੰਦਰਤਾ 'ਚ ਕੋਇਆ। ਉਹ ਆਪਣੀ ਹੋਂਦ ਨੂੰ ਭੁੱਲ ਜਾਂਦਾ। ਅੱਧਾ-ਅੱਧਾ ਘੰਟਾ ਬਿਨਾਂ ਕਿਸੇ ਕਾਰਨ ਉਹਦੀਆਂ ਅੱਖਾਂ 'ਚ ਵੇਖਦੇ-ਵੇਖਦੇ ਬਿਤਾ ਛੱਡਦਾ। ਕਦੇ-ਕਦਾਈਂ ਆਪਣੇ ਖੁੱਲੇ ਵਾਲਾਂ ਨੂੰ ਪਛਾਣ ਸੁੱਟ ਕੇ ਰਾਤ ਨੂੰ ਚੰਦ ਦੀ ਚਾਨਣੀ ਚ ਆ ਜਾਂਦੀ। ਉਹ ਆਪੇ ਤੋਂ ਬਾਹਰ ਹੋ ਜਾਂਦਾ। ਬਾਰ-ਬਾਰ ਉਹਦਾ ਮਨ ਕੁਝ ਕਰਨ ਲਈ ਭੜਕ ਉੱਟਦਾ ਬਾਰ-ਬਾਰ ਆਪਣੇ ਕਲਾਵਿਆਂ 'ਚ ਭਰ ਕੇ ਉਹਨੂੰ ਚੁੰਮਣ ਤੋਂ ਬਿਨਾਂ ਜਿਵੇਂ ਉਹਨੂੰ ਕੋਈ ਕੰਮ ਹੀ ਨਹੀਂ ਸੀ ਹੁੰਦਾ ਬੋੜ ਦੇ ਪੱਤਿਆਂ ਦੀ ਛਾਂ ਹੇਠ ਉਹਨਾਂ ਦੀਆਂ ਪਿਆਰ ਕਲੋਲਾ ਮਗਦੀਆਂ ਸੀ ਪੱਤਿਆਂ 'ਚੋਂ ਛਣ ਕੇ ਰੌਸ਼ਨੀ ਉਹਦੀ ਮਿੰਦੂ ਤੇ ਪੈਂਦੀ ਉਸ ਸਮੇਂ ਕਰਤਾਰ ਨੂੰ ਲੱਗਦਾ ਉਹ ਕਿਸੇ ਸਵਰਗੀ ਪਰੀ ਦੀਆਂ ਬਾਹਾਂ 'ਚ ਪਿਆ ਲੋਰੀ ਸੁਣ ਰਿਹਾ ਹੋਵੇ ਅਜਿਹੀਆਂ ਮੁਲਾਕਾਤਾਂ ਤੋਂ ਉਹਦਾ ਦਿਲ ਕਦੇ ਨਹੀਂ ਸੀ ਭਰਦਾ ਕਈ-ਕਈ ਦਿਨ ਉਹਦੇ ਦਿਮਾਗ 'ਚ ਉਹਨਾਂ ਮੁਲਾਕਾਤਾਂ ਦੇ ਦ੍ਰਿਸ਼ ਉੱਕਰੇ ਰਹਿੰਦੇ ਸਾਰਾ ਸਾਰਾ ਦਿਨ ਉਹ ਅਜੀਬ ਅਜੀਬ ਖਿਆਲਾਂ 'ਚ ਖੋਇਆ ਰਹਿੰਦਾ। ਕਿਤਾਬਾਂ ਵਿੱਚੋਂ ਉਹਨੂੰ ਮਿੰਦੋ ਨਜ਼ਰ ਆਉਣ ਲੱਗ ਪਈ ਸੀ। ਥਾਂ-ਥਾਂ ਉਹਦਾ ਨਾਂ, ਉਹਦੀ ਕਲਮ ਤੋਂ ਆਪੇ ਲਿਖਿਆ ਜਾਂਦਾ। ਉਹਦੀ ਹਰ ਹਰਕਤ 'ਚ ਮਿੰਦੋ ਸਮਾ ਗਈ ਸੀ। ਸਾਰੀ ਸਾਰੀ ਰਾਤ ਉਹਨੂੰ ਮਿੰਦੋ ਦੇ ਸੁਪਨੇ ਆਉਂਦੇ ਰਹਿੰਦੇ। ਕਦੇ ਰਾਤ ਨੂੰ ਅੱਖ ਖੁੱਲ ਜਾਂਦੀ। ਮਿੰਦੋ ਹੀ ਮਿੰਦੋ। ਹੁਣ ਸੌਂ ਰਹੀ ਹੋਵੇਗੀ, ਬੇਫਿਕਰ ਹੋ ਕੇ ਕੀ ਪਤਾ ਮੇਰੇ ਵਾਂਗ ਜਾਗ ਹੀ ਰਹੀ ਹੋਵੇ। ਉਹ ਸੋਚਦਾ ਫਿਰ ਉਹਦੇ ਹੀ ਖਿਆਲਾਂ 'ਚ ਅੱਖਾਂ ਮੀਟ ਲੈਂਦਾ। ਤੂੰ ਬੜਾ ਸੁਸਤ ਹੋ ਗਿਆ ਅੰਕਰਤਾਰ ਕਦੇ-ਕਦੇ ਉਹਦਾ ਪਿਓ ਆਖਦਾ ਉਹ ਸੁਸਤ ਨਹੀਂ ਸਗੋਂ ਚੁਸਤ ਹੋ ਗਿਆ ਸੀ ਉਹਨੂੰ ਕੀ ਗਤਾਂ ਆਪਣੀ ਜਵਾਨੀ 'ਚ ਪੈਰ ਧਰ ਕੇ ਪਿਆਰ ਦੀ ਦੁਨੀਆ ਤੱਕ ਪੱੜ ਗਿਆ ਸੀ ਮਿੰਦੋ ਨੂੰ ਸਕੂਲੋਂ ਹਟਾ ਲਿਆ ਗਿਆ ਪਰ ਉਹਨਾਂ ਦੇ ਪਿਆਰ 'ਚ ਭੋਰਾ ਫਰਕ ਨਾ ਪਿਆ ਉਸੇ ਤਰ੍ਹਾਂ ਉਹਨਾਂ ਦੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ ਕਦੇ ਕਿਸੇ ਵੱਲੋਂ ਕੋਈ ਸ਼ਿਕਵਾ ਨਹੀਂ ਸੀ ਹੋਇਆ ਪਤਾ ਨਹੀਂ ਇਸ ਲਈ ਕਿ ਦੋਨਾਂ ਨੂੰ ਇੱਕ ਦੂਜੇ 'ਚ ਅਟੁੱਟ ਵਿਸ਼ਵਾਸ ਸੀ ਕੋਈ ਕਿਸੇ ਨਾਲ ਬੇਵਫਾਈ ਬੇਵਫਾਈ ਕਰੂ ਵੀ ਤੇ ਕਿਸ ਲਾਲਚ ਵਿੱਚ ਕਰਤਾਰ ਸ਼ੈਰਵਲ ਹੋ ਤੁਰਿਆ ਉਚੇਰੀ ਪੜ੍ਹਾਈ ਲਈ ਮਿੰਦੋ ਖੁਸ਼ ਹੋਈ ਸੀ ਤੇ ਉਦਾਸ ਵੀ ਕਰਤਾਰ ਨੂੰ ਤੇ ਯਕੀਨ ਸੀ ਅਗਲੀਆਂ ਲੱਖਾਂ ਪਿਆਰ ਜੋੜੀਆਂ ਵਾਂਗ ਉਹਨਾਂ ਦਾ ਪਿਆਰ ਵੀ ਮਿੱਟੀ 'ਚ ਹੀ ਰੁਲ ਕੇ ਰਹਿ ਜਾਏਗਾ ਪਰ ਮਿੰਦੋ ਦਾ ਦਿਲ ਰੱਖਣ ਲਈ ਉਹ ਹਾਂ ਹਾਂ ਆਖਦਾ ਤੁਰਿਆ ਹੁੰਦਾ ਸੀ ਸੈਂਕੜੇ ਜੋੜੀਆਂ ਉਹਦੇ ਪਿੰਡ 'ਚ ਹੀ ਬਦਨਾਮ ਹੋਈਆਂ ਕਿਸੇ ਤੋਂ ਲੋਕਾਂ ਵੱਲ ਅਟੇਰੇ ਕਿਸੇ ਨੂੰ ਮਿਹਣੇ ਮਾਰੇ ਕਿਸੇ ਤੇ ਟਕੋਰਾ ਹੋਈਆਂ ਪਰ ਉਹਨਾਂ ਦੀ ਜੋੜੀ ਕਦੇ ਕਿਸੇ ਦੇ ੱੱੱਕੇ ਨਾ ਚੜੀ ਤੇ ਜੇ ਇਹਦੇ ਜ਼ਿੰਮੇਵਾਰ ਸੀ ਤਾਂ ਉਹਨਾਂ ਦੇ ਖੇਤ ਮਿੰਦੋ ਦਾ ਵੀ ਤੇ ਉਹਨਾਂ ਦਾ ਵੀ ਖੇਤ ਬਾਰ-ਬਾਰ ਸੀ ਇਥੇ ਕਦੇ ਵੀ ਕਿਸੇ ਦਾ ਚੱਕਰ ਨਾ ਵੱਜਦਾ ਜੇ ਕਿਸੇ ਉਹਨਾਂ ਨੂੰ ਬਦਨਾਮੀ ਦੇ ਸੇਖ ਤੋਂ ਬਚਾਇਆ ਸੀ ਤਾਂ ਉਹਨਾਂ ਦੇ ਖੇਤ ਸੀ ਇਹੋ ਜਿਹੀਆਂ ਸੈਂਕੜੇ ਕਹਾਣੀਆਂ ਸੀ ਜਿਹੜੀਆਂ ਕਰਤਾਰ ਨੂੰ ਖਿੱਚੀ ਰੱਖਦੀਆਂ ਖੇਤਾਂ 'ਚ ਚੱਕਰ ਮਾਰ-ਮਾਰੋ ਆਪਣਾ ਦਿਲ ਹੌਲਾ ਕਰਦਾ ਸੀ ਇਨ੍ਹਾਂ ਯਾਦਾਂ ਦੇ ਭੰਡਾਰਾ ਨੂੰ ਕਿਸੇ ਹੱਥ ਵੇਚਣ ਦੀ ਹਿੰਮਤ ਨਹੀਂ ਸੀ ਕਰ ਸਕਦਾ ਨਾਲੇ ਜਿਹੜੇ ਮਨ ਤੋਂ ਮਨ ਦਾਣੇ ਆਉਂਦੇ ਸੀ ਉਹਨਾਂ ਦਾ ਸਫਾਇਆ ਹੋ ਜਾਣਾ ਸੀ ਇਹੋ ਵਿਚਾਰ ਸੀ ਜਿਹੜੇ ਕਰਤਾਰ ਨੂੰ ਆਪਣੇ ਅੰਦਰਲੀ ਕੋਠੜੀ ਚ ਪਏ ਨੂੰ ਕੰਬਾਈ ਜਾ ਰਹੇ ਸੀ ਇੱਕ ਪਾਸੇ ਨੌਕਰੀ ਦਾ ਮਸਲਾ ਦੂਜੇ ਪਾਸੇ ਪਿਓ ਦੀ ਨਿਸ਼ਾਨੀ ਆਪਣੀ ਯਾਦਗਾਰਾਂ ਦੀ ਗੱਠੜੀ ਸੱਪ ਤੇ ਕੋੜ ਕਿਰਲੀ ਵਾਲੀ ਗੱਲ ਬਣ ਗਈ ਸੀ ਖਾਵੇ ਤਕੋੜੀ ਛੱਡੇ ਤੱਕ ਲਣ ਛਟਕੂ ਬਾਦੋਂ ਨੇ ਆਪਣੇ ਖਿਆਲ ਛੱਡੇ ਆਪਣੀ ਪਿਛਾਂ ਖਿੱਚੂ ਸੋਚਣੀ ਤੇ ਉਹਨੂੰ ਗਿਲਾਨੀ ਜੀ ਆਈ ਲੋਕਾਂ ਦੇ ਨਿਹੋਰੇ ਆਪ ਤਰੀਫਾਂ ਚ ਬਦਲ ਜਾਣਗੇ ਪੰਜ ਦੇ ਜਦੋਂ 50 ਕਿੱਲੇ ਜ਼ਮੀਨ ਬਣ ਗਈ ਤਾਂ ਪਿਓ ਦੀ ਆਤਮਾ ਨੂੰ ਆਪੇ ਸ਼ਾਂਤੀ ਮਿਲ ਜਾਈ। ਮੈਨੂੰ ਕਿਹੜਾ ਕੋਈ ਖੇਤਾਂ 'ਚ ਜਾਣੋਂ ਰੋਕਦਾ ਹੈ ਜਦੋਂ ਮਰਜ਼ੀ ਜਾਵਾਂ ਤੇ ਨਾਲੇ ਜਦੋਂ ਪ੍ਰੋਫੈਸਰ ਬਣ ਗਿਆ ਫਿਰ ਤੇ ਉਹਦੀ ਇੱਜ਼ਤ ਵੀ ਦੁੱਗਣੀ ਹੋ ਜਾਊ। ਖਬਰੇ ਨਹੀਂ ਕਦੇ ਸਾਲ ਦੋ ਸਾਲ ਬਾਅਦ ਕਦੇ ਢੇੜਾ ਲੱਗਿਆ ਕਰੂ ਜਾਂ ਨਹੀਂ ਨਾਲੇ ਚਲੇ ਜਾਣ ਤਾਂ ਵੀ ਕੋਈ ਵੱਡੀ ਗੱਲ ਨਹੀਂ। ਬਹੁਤਾ ਹੀ ਕਰੂ ਮੋੜ ਫੇਰ ਉਹ ਜ਼ਮੀਨ ਕਿਹੜਾ ਕਿਤੇ ਨਸ ਚਾਉ ਫਿਰ ਖਰੀਦੀ ਜਾਊ। ਨਵੇਂ ਖਿਆਲਾਂ ਨੇ ਉਹਨੂੰ ਪੁਰਾਣੇ ਵਿਚਾਰਾਂ ਨੂੰ ਦਬੂ ਨਵੇਂ ਖਿਆਲਾਂ ਨੇ ਉਹਦੇ ਪੁਰਾਣੇ ਵਿਚਾਰਾਂ ਨੂੰ ਦਬੂ ਚਲਿਆ। ਸਾਹੋ ਸਾਉ ਉੱਠ ਤੁਰਿਆ। ਉਹਦੀ ਮਾਂ ਘਰ ਦੀਆਂ ਦਲੀਜਾਂ 'ਚ ਖੜੀ ਉਹਦੇ ਵੱਲ ਤੱਕਦੀ ਰਹੀ। ਪਤਾ ਨਹੀਂ ਉਹਦਾ ਦਿਲ ਬੇਤਹਾਸ਼ਾ ਕਿਉਂ ਧੜਕ ਰਿਹਾ ਸੀ। ਦਿਲ ਕੀਤਾ ਇੱਕ ਵਾਰ ਕਰਤਾਰ ਨੂੰ ਬਾਹੋਂ ਫੜ ਕੇ ਅੰਦਰ ਡੱਕ ਦੇ। ਪਰ ਤੁਰੇ ਜਾਂਦੇ ਨੂੰ ਪਿੱਛੋਂ ਹਾਕ ਮਾਰਨ ਦੀ ਉਹਨੂੰ ਹਿੰਮਤ ਨਾ ਪਈ। ਦਿਲ ਮਹਿਸੂਸ ਕੇ ਅੰਦਰ ਜਾਵੜੇ। ਚੰਦਰਾ ਬਿਨਾਂ ਕੁਝ ਖਾਦੇ ਪੀਤੇ ਹੀ ਤੁਰ ਗਿਆ। ਅੰਦਰ ਵੜ ਕੇ ਉਹਨੇ ਇੰਨਾ ਸੋਚ ਕੇ ਅੱਖਾਂ 'ਚੋਂ ਨੀਰ ਵਹਾਉਣਾ ਸ਼ੁਰੂ ਕਰਤਾ। ਜੇ ਚੰਦਰੇ ਦੇ ਸਿਰ ਤੇ ਪਿਉ ਨਹੀਂ ਰਿਹਾ ਤਾਂ ਇਹ ਉਹ ਲੂੰਦਾ ਫਿਰਦਾ ਹੈ ਨਹੀਂ ਅਜੇ ਨਿਆਣਿਆਂ ਨੂੰ ਡੱਕੇ ਦਾ ਫਿਕਰ ਨਹੀਂ ਹੁੰਦਾ ਤੇ ਇੱਕ ਵਾਰ ਫੇਰ ਉਹਦੇ ਰੁਕੇ ਹੰਝੂ ਵਹਿ ਤੁਰੇ ਧੰਨ